ਨਾਮਜ਼ਦਗੀ ਭਰਨ ਦੇ ਲਈ ਰਵਨੀਤ ਬਿੱਟੂ ਆਪਣੇ ਦਾਦਾ ਬੇਅੰਤ ਸਿੰਘ ਦੀ ਗੱਡੀ ਦੇ ਵਿੱਚ ਜਾਣਗੇ ਤੇ ਇਸ ਗੱਡੀ ਦੇ ਵਿੱਚ ਅਜਿਹਾ ਕੀ ਖਾਸ ਹੈ ਉਹ ਰਿਪੋਰਟ ਦਿਖਾਵਾਂਗੇ ਤੁਹਾਨੂੰ। ਤਾਂ ਮਰਹੂਮ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਜੋ ਕਿ ਲੁਧਿਆਣਾ ਤੋਂ ਭਾਜਪਾ ਦੀ ਟਿਕਟ ਤੇ ਲੋਕ ਸਭਾ ਚੋਣ ਲੜ ਰਹੇ ਨੇ 10 ਮਈ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਨੇ। ਇਸ ਨੂੰ ਯਾਦਗਾਰੀ ਮੌਕਾ ਬਣਾਉਣ ਦੇ ਲਈ ਉਹਨਾਂ ਨੇ ਫੈਸਲਾ ਲਿਆ ਕਿ ਉਹ ਆਪਣੇ ਦਾਦੇ ਦੀ ਸਾਂਭ ਸੰਭਾਲ ਕੀਤੀ ਹੋਈ ਇਹ ਗੱਡੀ ਅੰਬੈਸਡਰ ਗੱਡੀ PB 10-19-19 ਇਹ ਗੱਡੀ ਦੇ ਵਿੱਚ ਬੈਠ ਉਹ ਨਾਮਜ਼ਦਗੀ ਭਰਨ ਜਾਣਗੇ ਅਤੇ ਇਸ ਪਲ ਨੂੰ ਯਾਦਗਾਰ ਬਣਾਉਣਗੇ। ਇਹ ਪਲ ਇਹਨਾਂ ਯਾਦਗਾਰ ਇਸ ਲਈ ਕਿਉਂਕਿ ਮਰਹੂਮ ਬੇਅੰਤ ਸਿੰਘ ਜੋ ਕਿ ਪੰਜਾਬ ਦੇ ਸਾਬਕਾ CM ਰਹਿ ਚੁੱਕੇ ਨੇ ਉਹਨਾਂ ਨੇ ਇਸ ਗੱਡੀ ਦੇ ਵਿੱਚ ਕਈ ਕਿਲੋਮੀਟਰ ਸਫ਼ਰ ਕੀਤਾ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਖਾੜਕੂਵਾਦ ਦੇ ਸਮੇਂ ਤੱਕ ਬੇਅੰਤ ਸਿੰਘ ਨੇ ਇਸੇ ਗੱਡੀ ਦੇ ਵਿੱਚ ਸਫ਼ਰ ਕਰਨਾ ਅਤੇ ਇਸੇ ਗੱਡੀ ਦੇ ਵਿੱਚ ਉਹਨਾਂ ਨੇ ਆਖਰੀ ਸਫ਼ਰ ਵੀ ਕੀਤਾ ਸੀ, ਜਿਸ ਕਰਕੇ ਸਾਂਭ ਸਾਂਭ ਕੇ ਰੱਖਦੇ ਨੇ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਇਸ ਗੱਡੀ ਨੂੰ। ਕਿਉਂ ਰਵਨੀਤ ਸਿੰਘ ਬਿੱਟੂ ਨੂੰ ਇਹ ਗੱਡੀ ਹੈ ਖਾਸ, ਆਓ ਜਾਣਦੇ ਹਾਂ। ਇਹ 'ਚ ਕੋਈ ਸ਼ੱਕ ਨਹੀਂ ਵੀ ਉਹ ਜਿਹੜੀ ਉਹਨਾਂ ਦੀ ਅੰਬੈਸਡਰ ਕਾਰ ਆ ਪੁਰਾਣੀ, ਜਿਹਦੇ ਵਿੱਚ ਉਹਨਾਂ ਨੇ ਲੱਖਾਂ ਕਿਲੋਮੀਟਰ ਸਫ਼ਰ ਕੀਤਾ ਸਾਰੇ ਪੰਜਾਬ ਦਾ ਅਤੇ ਸਾਰੇ ਪੰਜਾਬ 'ਚ ਅਮਨ ਸ਼ਾਂਤੀ ਤਾਂ ਹੋਕਾ ਦੇ ਕੇ ਉਦੋਂ ਬਾਅਦ ਅਮਨ ਸ਼ਾਂਤੀ ਕੀਤੀ ਅਤੇ ਉਹ ਗੱਡੀ ਸਾਡੇ ਸਾਰੇ ਪਰਿਵਾਰ ਦੇ ਬਹੁਤ ਨੇੜੇ ਆ, ਅਸੀਂ ਉਹਨੂੰ ਸੰਭਾਲ ਕੇ ਰੱਖਿਆ। ਜਦੋਂ ਵੀ ਕੋਈ ਐਸਾ ਮੌਕਾ ਹੁੰਦਾ ਜਿੱਥੇ ਉਹਨਾਂ ਦਾ ਆਸ਼ੀਰਵਾਦ ਦੀ ਲੋੜ ਹੁੰਦੀ ਆ ਅਤੇ ਉਹ ਇਹ ਲੱਗਦਾ ਵੀ ਉਹ ਸਾਡੇ ਨਾਲ ਨੇ, ਨਾਲ ਬੈਠੇ ਆ, ਅਤੇ ਉਹ ਜਿਹੜੀ ਅੰਬੈਸਡਰ ਕਾਰ ਆ ਉਹਨੂੰ ਉਸੇ ਤਰੀਕੇ ਨਾਲ ਅਸੀਂ ਸੰਭਾਲ ਕੇ ਰੱਖਿਆ ਅਤੇ ਇਹੋ ਜਿਹੇ ਮੌਕਿਆਂ 'ਤੇ ਉਹ ਗੱਡੀ ਨੂੰ ਨਾਲ ਲੈ ਕੇ ਜਾਂਦੇ ਹਾਂ। ਇੱਕ ਇਹ ਲੱਗਦਾ ਹੁੰਦਾ ਵੀ ਉਹ 'ਚ ਸਾਡੇ ਦਾਦਾ ਜੀ ਦੀ, ਦਾਦੀ ਜੀ ਦੀ ਉਹ ਆਸ਼ੀਰਵਾਦ ਆ ਜਿਹੜਾ ਉਹ ਗੱਡੀ 'ਚੋਂ ਪ੍ਰਾਪਤ ਹੋ ਰਿਹਾ। ਉਹ ਅਲੱਗ ਅਲੱਗ ਪ੍ਰਸਥਿਤੀਆਂ ਹੁੰਦੀਆਂ ਏ, ਕਈ ਵਾਰ ਜਿਹੜੀਆਂ ਉਹ ਚੀਜ਼ਾਂ ਕੋਈ ਨਹੀਂ ਵੀ ਰੱਖ ਸਕਦਾ ਕਿਉਂਕਿ ਜਗ੍ਹਾ ਦੀਆਂ ਗੱਲਾਂ ਹੁੰਦੀਆਂ, ਖਰਾਬ ਹੋ ਜਾਂਦੀਆਂ, ਪਰ ਅਸੀਂ ਉਹਨੂੰ ਸੰਭਾਲ ਕੇ ਰੱਖਿਆ ਸਾਰੇ ਪਰਿਵਾਰ ਨੇ। ਉੱਤੇ ਇਹ 'ਚ ਕੋਈ ਸ਼ੱਕ ਨਹੀਂ, ਉਸ ਗੱਡੀ 'ਚ ਉਹਨਾਂ ਦੇ ਨਾਲ ਬੈਠ ਕੇ ਅਸੀਂ ਲੰਬੇ ਸਫ਼ਰ ਕੀਤੇ ਆ, ਬੜੀਆਂ ਯਾਦਾਂ ਜੁੜੀਆਂ ਉਹਨਾਂ ਨਾਲ, ਅਤੇ ਇਸ ਕਰਕੇ ਉਹਦੇ ਨਾਲ ਜਦੋਂ ਦੇਖੀਦਾ ਉਹਨੂੰ ਭਾਵੁਕ ਵੀ ਹੋਈਦਾ ਅਤੇ ਉਹ ਇਮਾਨਦਾਰੀ ਅਤੇ ਸੱਚਾਈ ਆ ਜਿਹੜੀ ਉਹ ਗੱਡੀ ਨੂੰ ਦੇਖ ਕੇ ਯਾਦ ਵੀ ਆਉਂਦੀ। ਲੱਗਦਾ ਕਿ ਉਹ ਉਸੇ ਗੱਡੀ 'ਚ ਅਸੀਂ ਜਿਹੜਾ ਨੋਮੀਨੇਸ਼ਨ ਕਾਗਜ਼ ਫਿਲ ਕਰਦੇ ਹਾਂ ਉਸ ਇੱਕ ਆਸ਼ੀਰਵਾਦ ਦੇ ਤੌਰ 'ਤੇ ਉਹ ਗੱਡੀ 'ਚ ਜਾ ਕੇ ਨੋਮੀਨੇਸ਼ਨ ਫਾਈਲ ਕਰੀਦਾ ਹੈ ਵੀ ਉਹਨਾਂ ਦਾ ਆਸ਼ੀਰਵਾਦ ਵੀ ਸਾਡੇ ਨਾਲ ਚੱਲੇ। ਧੰਨਵਾਦ। 31 ਅਗਸਤ 1995 ਸ਼ਾਮ 5 ਵਜੇ 2 ਅੰਬੈਸਡਰ ਕਾਰ ਅੱਜ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਘਰ ਆਪਣੀ ਪੂਰੇ ਸੰਭਾਲ ਕੇ ਰੱਖੀ ਹੋਈ ਆ। ਅੰਬੈਸਡਰ ਕਾਰ ਅਮੂਮਨ ਜਦੋਂ ਮੈਂ ਤੁਹਾਨੂੰ ਮਿਲਦਾ ਤਾਂ ਇਸ ਕਾਰ ਨੂੰ ਦੇਖ ਕੇ ਤੁਸੀਂ ਭਾਵੁਕ ਹੋ ਜਾਂਦੇ ਹੋ, ਅੱਖਾਂ ਕਈ ਵਾਰ ਤੁਹਾਡੀਆਂ ਭਰ ਜਾਂਦੀਆਂ ਨੇ। ਸਭ ਤੋਂ ਨੇੜੇ ਆ ਸਾਰੇ ਪਰਿਵਾਰ ਦੇ। ਇਹ ਗੱਡੀ 'ਚ ਬਹਿ ਕੇ ਸਾਰੇ ਪੰਜਾਬ 'ਚ ਹਰ ਦੇ ਜਿੱਥੇ ਵੀ ਕੋਈ ਡੈਥ ਹੋਈ ਉਹਨਾਂ ਦੇ ਉਹ ਸੰਸਕਾਰ 'ਤੇ, ਉਹਨਾਂ ਦੇ ਉਹ ਭੋਗਾਂ 'ਤੇ, ਉਹਨਾਂ ਦੇ ਦੁੱਖ ਸੁੱਖ 'ਚ ਹਰ ਜਗ੍ਹਾ ਪਹੁੰਚੇ। ਨਾ ਤਾਂ ਇਹ ਗੱਡੀ ਬੁਲਟ ਪਰੂਫ ਸੀ, ਨਾ ਕੋਈ ਇਹਦੇ ਵਿੱਚ ਕੋਈ ਐਸੀ ਗੱਲ ਸੀ। ਰੇਵੰਤ ਦੇ ਐਨਕ ਉਹਨਾਂ ਨੂੰ ਬੜੀ ਪਸੰਦ ਉਹ, ਕਿਉਂਕਿ ਗੱਡੀ 'ਚ ਕੋਈ ਏਸੀ ਨਹੀਂ ਹੁੰਦੇ ਸੀ। 31 ਅਗਸਤ 1995 ਸ਼ਾਮ 5 ਵਜੇ ਦੇ ਆਸ ਪਾਸ ਦਾ ਸਮਾਂ। IG ਹੋਣ ਨਾਤੇ ਉਹਨਾਂ ਕੋਲ ਇਨਫੋਰਮੇਸ਼ਨ ਸੀ ਕੋਈ ਬਈ ਇੱਕ ਹਿਊਮਨ ਬੰਬ ਆ ਜਿਹੜਾ, ਇੱਕ PNT
ਇੱਕ ਨਵਾਂ ਐਕਸਪਲੋਜ਼ਿਵ ਆ ਜਿਹੜਾ ਇਹ ਪਾਕਿਸਤਾਨ ਤੋਂ ਆਇਆ ਸੀ ਉਹਦੇ ਨਾਲ। ਰਿਪੋਰਟ ਏਜੰਸੀਆਂ ਨੇ ਦਿੱਤੀ, ਇਨਪੁੱਟ ਦਿੱਤੇ ਪੰਜਾਬ ਸਰਕਾਰ ਦੇ ਕਿ ਤੁਹਾਡੇ 'ਤੇ ਅਟੈਕ ਹੋ ਸਕਦਾ। ਵੀ ਸੀ ਆਰ ਦੀ ਕੈਸੇਟ ਪਾ ਕੇ ਪੂਰੀ ਉਹਨਾਂ ਨੇ ਦਿਖਾਇਆ ਵੀ ਇਸ ਤਰੀਕੇ ਨਾਲ ਹਿਊਮਨ ਬੰਬ ਆ ਜਿਹੜਾ ਇਸ ਤਰੀਕੇ ਨਾਲ ਅਟੈਂਪਟ ਕਰ ਸਕਦਾ। ਇਹਦੇ ਲਈ ਜੀ 1 ਕਰੋੜ ਰੁਪਏ ਦਾ ਖਰਚਾ ਹੈ ਜੇ ਆਪਾਂ 2 ਜੈਮਰ ਬਣਵਾਉਂਦੇ ਹਾਂ। ਉਹ ਕਹਿੰਦੇ ਵੀ ਦੇਖੋ ਮੈਂ ਇੱਕ ਚੀਫ ਮਿਨਿਸਟਰ ਹੋ ਕੇ ਅਤੇ ਕੁਛ ਜੀ ਬੰਦਿਆਂ ਤੋਂ ਮੈਂ ਡਰ ਕੇ ਅੰਦਰ ਬਹਿ ਜਾਂ ਅਤੇ ਇਹ ਕਾਹਦਾ ਰਾਜ ਭਾਗ ਉਹ ਗਿਦਾਰ ਪੈਦਾ ਕਰਨੇ ਪੈਣੇ। ਇੱਕ ਉੱਥੇ ਰਾਜੋਆਣਾ ਸੀ, ਇੱਕ ਹਵਾਰਾ ਸੀ, ਇੱਕ ਭਿਓਰਾ ਜਾਂ ਤਾਰਾ ਇਹਨਾਂ 'ਚੋਂ ਕੋਈ ਸੀ। ਵੱਡੇ ਲੈਵਲ ਦੇ ਲੋਕ ਜਿਹੜੇ ਇਹਦੇ ਵਿੱਚ ਰਲੇ ਹੁੰਦੇ ਆ ਉਹ ਗੱਲਾਂ ਕਦੇ ਸਾਹਮਣੇ ਨਹੀਂ ਆਉਂਦੀਆਂ। ਮਾਸਟਰ ਮਾਇੰਡ ਜਿਹੜੇ ਵੱਡੇ ਨੇ ਜਾਂ ਤਾਂ ਆਊਟ ਆਫ ਕੰਟਰੀ, ਜਿਵੇਂ ਬੇਨ ਬੱਬਰ ਖਾਲਸਾ ਵਾਲੇ ਤਾਂ ਬਾਹਰ ਹੀ ਬੈਠੇ ਆ ਜੀ, ਉਹਨਾਂ ਨੂੰ ਤਾਂ ਉਹਨਾਂ ਦਾ ਦੋਵਾਂ ਦਾ ਨਾਂ ਆ ਜਿਹਨਾਂ ਦਾ, ਵਧਾਵਾ ਸਿੰਘ ਬੱਬਰ ਅਤੇ ਹੋਰ ਦੋ, ਉਹ ਤਾਂ ਬਾਹਰ ਹੀ ਬੈਠੇ ਆ। ਕੁਛ ਲੋਕ ਕਹਿੰਦੇ ਆ ਕਿ ਇਹ ਬੁੱਚੜ, ਇਸ ਤਰੀਕੇ ਦੇ ਸ਼ਬਦ ਵਰਤੇ ਜਾਂਦੇ ਆ, ਬਹੁਤ ਕੁਛ ਤੁਸੀਂ ਸੁਣਿਆ ਹੋਣਾ। ਅਸੀਂ 2 ਧਾਰੀ ਤਲਵਾਰ ਹਾਂ, ਜੇ ਤਾਂ ਅਸੀਂ ਸਖ਼ਤ ਨਹੀਂ ਬੋਲਦੇ ਤਾਂ ਦੁਸ਼ਮਣ ਕਮਜ਼ੋਰ ਸਮਝ, ਜੇ ਅਸੀਂ ਢਿੱਲੀ ਗੱਲ ਕਰਦੇ ਹਾਂ ਤਾਂ ਜਿਹੜੀਆਂ ਵੱਖਵਾਦੀ ਤਾਕਤਾਂ ਹੈ ਜਿਹੜਾ ਦੇਸ਼ ਨੂੰ ਤੋੜਨ ਚਾਹੁੰਦੀਆਂ ਉਹ ਤਕੜੀਆਂ ਹੁੰਦੀਆਂ। ਪ੍ਰਧਾਨ ਮੰਤਰੀ ਤੱਕ ਗੱਲ ਪਹੁੰਚ ਰਹੀ ਹੈ ਕਿ ਰਾਜਵਾਨਾ ਇਹਨਾਂ ਸਾਰਿਆਂ ਨੂੰ ਰਿਹਾਅ ਕਰਵਾਇਆ ਜਾਵੇ। ਨਹੀਂ ਸਾਨੂੰ ਕੀ ਆ ਜੀ, ਮੈਂ ਤਾਂ ਅੱਜ ਕਹਿ ਦੇਣਾ ਛੱਡ ਦਿਓ, ਫਿਰ ਕੀ ਹੋ ਜਾਊਗਾ, ਫਿਰ ਕੀ ਹੋ ਜਾਊਗਾ, ਫਿਰ ਭਲਾ ਕਿਹਦਾ ਹੋ ਜੂ, ਮੈਨੂੰ ਇਹ ਦੱਸੋ। ਬਲਾਸਟ ਹੋਣਾ ਔਰ ਉਸੇ ਤਰੀਕੇ ਦੀ ਗੱਡੀ ਦੇ ਵਿੱਚ ਬੈਠਣਾ ਇੱਕ ਬੇਹੱਦ ਔਖਾ ਹੁੰਦਾ ਹੋਣਾ। ਜਿਸ ਤਨ ਜਾਣੇ ਉਹੀ ਜਾਣੇ, ਜਿਵੇਂ ਕਹਿੰਦੇ ਨਾ ਵੀ ਜਿਹਦੇ ਲੱਕੀ ਹੁੰਦੀ ਆ ਉਹੀ ਜਾਣ। ਕਿਉਂਕਿ ਹੁਣ CM ਹਰਚਰਨ ਸਿੰਘ ਬਰਾੜ ਬਣ ਗਏ, ਕੋਠੀ ਵੀ ਖਾਲੀ ਕਰਨੀ ਪਈ, ਕਈਆਂ ਨੂੰ ਦੁੱਖ ਦੇਖਣ 'ਚ ਬੜੀ ਖੁਸ਼ੀ ਮਿਲਦੀ ਆ। ਤੁਸੀਂ ਹੈਰਾਨ ਹੋਵੋਗੇ, ਉਹ ਥੱਲੇ ਖੜੇ ਅਤੇ ਕਹਿੰਦੇ ਬੀਬੀ ਜੀ ਇੱਕ ਤਾਂ ਕੋਠੀ ਖਾਲੀ ਕਰੋ ਜਲਦੀ, ਇੱਕ ਜਿਹੜਾ ਟੈਲੀਵਿਜ਼ਨ ਸਰਦਾਰ ਪਿਆ ਸੀ ਉਹ ਛੋਟਾ ਛੋਟਾ TV, ਕਹਿੰਦੇ ਵੀ ਉਹ ਟੈਲੀਵਿਜ਼ਨ ਸੀ ਕਿ ਪੂਰੀ ਸਾਹਿਬ ਮਹਿਕਮਾ ਹੈ ਇਹ ਜਿਹੜਾ ਇਨਫੋਰਮੇਸ਼ਨ ਬ੍ਰੌਡਕਾਸਟਿੰਗ, ਐਡਾ ਮਹਿਕਮਾ ਕਿਤੇ 10 TV ਹੋਰ 50 ਲੈ ਲਓ ਉਹਨਾਂ ਨੂੰ ਮੁੱਖ ਮੰਤਰੀ। ਨਹੀਂ ਜੀ, ਕਹਿੰਦੇ ਉਹਨਾਂ ਨੇ ਉਹੀ ਮੰਗਾਇਆ ਜਿਹੜਾ ਉਹ ਕਮਰੇ 'ਚ ਪਿਆ। ਹਫ਼ਤੇ ਬਾਅਦ ਜ਼ਬਰਦਸਤੀ ਜਿਹੜਾ ਸਮਾਨ ਆ ਉਹ ਚੱਕਣ ਲਈ ਟਰੱਕ ਭੇਜ ਤੇ ਵੀ ਚੱਕ ਕੇ ਬਾਹਰ ਕੱਢ ਕੇ ਇਹਨਾਂ ਨੂੰ ਸਮਾਨ ਪਿੰਡ ਛੱਡ ਕੇ ਆਉਣ। ਅਗਸਤ 1995 ਸ਼ਾਮ 5 ਵਜੇ ਸੈਕਟਰੀਏਟ, ਜਦੋਂ ਉਸ ਵੇਲੇ ਮੁੱਖ ਮੰਤਰੀ ਜਿਹੜੇ ਸੀਗੇ ਸਰਦਾਰ ਬੇਅੰਤ ਸਿੰਘ ਆਪਣੀ ਅੰਬੈਸਡਰ ਕਾਰ ਦੇ ਵਿੱਚ ਆਪਣੇ PA ਦੇ ਨਾਲ ਬੈਠ ਕੇ ਘਰ ਵਾਲੇ ਪਾਸੇ ਰਵਾਨਾ ਹੋਣ ਲੱਗੇ ਸੀ ਤਾਂ ਬਲਾਸਟ ਹੁੰਦਾ। ਬਲਾਸਟ ਐਡਾ ਵੱਡਾ ਹੁੰਦਾ ਹੈ ਕਿ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਏਗਾ ਕਿ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦਾ ਕਤਲ ਹੋ ਗਿਆ। ਹਰ ਪਾਸੇ ਸੰਨਾਟਾ ਪਸਰ ਜਾਂਦਾ ਹੈ ਕਿ ਇਹ ਹੋਇਆ ਕਿ ਸੈਕਟਰੀਏਟ ਦੇ ਵਿੱਚ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਸਰਦਾਰ ਬੇਅੰਤ ਸਿੰਘ ਹੋਰਾਂ ਕੋਲ ਅੰਬੈਸਡਰ ਕਾਰ ਹੁੰਦੀ ਸੀ, ਬੁਲਟ ਪਰੂਫ ਅੰਬੈਸਡਰ ਕਾਰ ਹੁੰਦੀ ਸੀ, ਲੇਕਿਨ ਉਹ ਬੁਲਟ ਪਰੂਫ ਵੀ ਸਰਦਾਰ ਬੇਅੰਤ ਸਿੰਘ ਹੋਰਾਂ ਨੂੰ ਬਚਾ ਨਹੀਂ ਸਕੀ। ਤਾਂ ਉਸ ਅੰਬੈਸਡਰ ਕਾਰ ਦੇ ਨਾਲ ਨਾਲ ਕੁਛ ਹੋਰ ਅੰਬੈਸਡਰ ਕਾਰਾਂ ਸੀਗੀਆਂ ਬੇਅੰਤ ਸਿੰਘ ਹੋਰਾਂ ਕੋਲ, ਕਿਉਂਕਿ ਮੁੱਖ ਮੰਤਰੀ ਦੇ ਕਾਫਲੇ 'ਚ ਅਮੂਮਨ ਇਸ ਤਰੀਕੇ ਨਾਲ ਅੰਬੈਸਡਰ ਕਾਰਾਂ ਹੁੰਦੀਆਂ ਨੇ। ਉਹਨਾਂ 'ਚੋਂ ਇੱਕ ਅੰਬੈਸਡਰ ਕਾਰ ਇਸ ਵੇਲੇ ਸਰਦਾਰ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਸੰਭਾਲੀ ਹੋਈ ਹੈ, ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨੇ। ਉਹਨਾਂ ਦੇ ਦਾਦਾ ਜੀ ਦੀ ਯਾਦ ਦੇ ਵਿੱਚ ਇਹ PB 10X 1919 ਇਹ ਅੰਬੈਸਡਰ ਕਾਰ ਅਕਸਰ ਬੇਅੰਤ ਸਿੰਘ ਹੋਰੀ ਜਦੋਂ ਮੁੱਖ ਮੰਤਰੀ ਸੀਗੇ ਤਾਂ ਇਸ ਤਰੀਕੇ ਨਾਲ ਕਾਰ 'ਚ ਇਸੇ ਅੰਬੈਸਡਰ ਕਾਰ ਦੇ ਵਿੱਚ ਜਾਂਦੇ ਸੀਗੇ, ਕਿਉਂਕਿ ਜਦੋਂ CM ਦੀ ਸਿਕਿਉਰਿਟੀ ਹੁੰਦੀ ਹੈ ਤਾਂ 4-5 ਇਸ ਤਰੀਕੇ ਦੀਆਂ ਅੰਬੈਸਡਰ ਕਾਰਾਂ ਹੁੰਦੀਆਂ ਨੇ। ਤਾਂ ਉਹ ਅੰਬੈਸਡਰ ਕਾਰ ਅੱਜ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਘਰ ਆਪਣੀ ਪੂਰੇ
ਸੰਭਾਲ ਕੇ ਰੱਖੀ ਹੋਈ ਹੈ। ਔਰ ਚਾਹੇ ਰਵਨੀਤ ਸਿੰਘ ਬਿੱਟੂ ਇਲੈਕਸ਼ਨ ਲੜਨ, ਚਾਹੇ ਉਹਨਾਂ ਦੇ ਛੋਟੇ ਭਰਾ ਗੁਰਕਿਰਤ ਸਿੰਘ ਕੋਟਲੀ ਇਲੈਕਸ਼ਨ ਲੜਨ, ਲੇਕਿਨ ਜਦੋਂ ਨੋਮੀਨੇਸ਼ਨ ਫਾਰਮ ਭਰਨਾ ਹੁੰਦਾ ਤਾਂ ਇਸੇ ਅੰਬੈਸਡਰ ਕਾਰ ਦੇ ਵਿੱਚ ਜਾਂਦੇ ਨੇ। 19-19 ਨੰਬਰ ਉਹਨਾਂ ਦੇ ਲਈ ਬੇਹੱਦ ਖਾਸ ਹੈ ਕਿਉਂਕਿ ਉਹਨਾਂ ਦੇ ਦਾਦਾ ਜੀ ਦੇ ਨਾਲ ਵੀ ਜੁੜਿਆ ਹੋਇਆ ਔਰ ਅੰਬੈਸਡਰ ਕਾਰ ਨੂੰ ਉਸ ਵੇਲੇ ਪੂਰਾ ਤਿਆਰ ਕਰਕੇ ਰੱਖਦੇ ਨੇ। ਮੇਰੇ ਨਾਲ ਰਵਨੀਤ ਸਿੰਘ ਬਿੱਟੂ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਸ ਵੇਲੇ ਸ਼ਾਮ 5 ਵਜੇ ਦਾ ਵਾਕਿਆ ਹਰ ਕਿਸੇ ਨੇ ਸੁਣਿਆ, ਹਰ ਕਿਸੇ ਦੇ ਮਨ ਦੇ ਵਿੱਚ ਉਹ ਸਹਿਮ ਪੈਦਾ ਹੁੰਦਾ ਤਾਂ ਉਸ ਵੇਲੇ ਹੋਇਆ ਕੀ ਸੀ, ਰਵਨੀਤ ਸਿੰਘ ਬਿੱਟੂ ਕਿੱਥੇ ਸੀ, ਗੁਰਕੀਰਤ ਸਿੰਘ ਕੋਟਲੀ ਕਿੱਥੇ ਸੀਗੇ, ਔਰ ਅਚਾਨਕ ਜਦੋਂ ਪੰਜਾਬ ਦੇ ਮੁੱਖ ਮੰਤਰੀ ਦਾ ਇਸ ਤਰੀਕੇ ਨਾਲ ਬੇਰਹਿਮੀ ਨਾਲ ਕਤਲ ਹੋ ਜਾਂਦਾ ਹੈ ਤਾਂ ਫਿਰ ਪਰਿਵਾਰ 'ਤੇ ਉਸ ਵੇਲੇ ਕੀ ਬੀਤੀ ਸੀ? ਬਿੱਟੂ ਜੀ, ਅੰਬੈਸਡਰ ਕਾਰ ਅਮੂਮਨ ਜਦੋਂ ਮੈਂ ਤੁਹਾਨੂੰ ਮਿਲਦਾ ਤਾਂ ਇਸ ਕਾਰ ਨੂੰ ਦੇਖ ਕੇ ਤੁਸੀਂ ਭਾਵੁਕ ਹੋ ਜਾਂਦੇ ਹੋ, ਅੱਖਾਂ ਕਈ ਵਾਰ ਤੁਹਾਡੀਆਂ ਭਰ ਜਾਂਦੀਆਂ ਨੇ। ਇਹ ਕਾਰ ਤੁਸੀਂ ਅੰਬੈਸਡਰ ਕਾਰ ਉਸੇ ਤਰੀਕੇ ਨਾਲ ਸੰਭਾਲ ਕੇ ਰੱਖੀ, 1995 ਤੋਂ ਲੈ ਕੇ 2022 ਆ ਗਿਆ, ਹਰ ਇਲੈਕਸ਼ਨ ਤੁਸੀਂ ਇਸ ਅੰਬੈਸਡਰ ਕਾਰ 'ਚ ਜਾਂਦੇ ਹੋ, ਔਰ ਇਸੇ ਤਰੀਕੇ ਦੀ ਇੱਕ ਅੰਬੈਸਡਰ ਕਾਰ ਸੀਗੀ ਜਿਸ ਦੇ ਵਿੱਚ ਬੇਅੰਤ ਸਿੰਘ ਬੁਲੇਟ ਪਰੂਫ ਕਾਰ ਸੀਗੀ, ਉਹਨਾਂ ਦਾ ਕਤਲ ਹੋ ਜਾਂਦਾ। ਮੈਂ ਪਹਿਲਾਂ ਤੁਸੀਂ ਮੈਂ ਇੱਕ ਤਾਂ ਪਹਿਲਾਂ ਤੁਹਾਡਾ ਤੁਸੀਂ ਬੜੇ ਚਿਰ ਦੇ ਹੀ ਇਸ ਗੱਲ 'ਚ ਇਸ ਦੇ ਬਾਰੇ ਜਾਣਨਾ ਚਾਹੁੰਦੇ ਸੀਗੇ। 1 ਸਾਲ ਤੋਂ ਵੱਧ ਹੋ ਗਿਆ ਮੈਨੂੰ ਲੱਗਦਾ ਅਤੇ ਮੈਂ ਕਿਸੇ ਨਾ ਕਿਸੇ ਗੱਲ ਕਰਕੇ, ਕਿਉਂਕਿ ਭਾਵਨਾ ਹੁੰਦੀਆਂ ਆਪਣੀਆਂ, ਮੈਂ ਤੁਹਾਨੂੰ ਟਾਲਦਾ ਰਹਿੰਦਾ ਸੀ ਵੀ ਨਹੀਂ ਅੱਜ ਗੱਡੀ ਆ ਜਿਹੜੀ ਉਸ ਠੀਕ ਨਹੀਂ ਜਾਂ ਸਾਫ਼ ਕਰਨੀ ਆ, ਪੇਂਟ ਨਹੀਂ ਜਾਂ ਉਹ, ਪਰ ਅੱਜ ਮੈਂ ਸਮਝਦਾ 1 ਸਾਲ ਤੋਂ ਬਾਅਦ ਇਹ ਟਾਈਮ ਆ ਹੀ ਗਿਆ। ਇਹ ਜ਼ਮਾਨਾ, ਮੈਂ ਤੁਹਾਨੂੰ ਪਹਿਲਾਂ ਅੰਬੈਸਡਰ ਗੱਡੀ 'ਤੇ ਆਵਾਂ, ਬਾਕੀ ਗੱਲ ਮੈਂ ਤੁਹਾਨੂੰ ਸਾਰੀ ਦੱਸਦਾ। ਅੱਜ ਜ਼ਮਾਨਾ ਇਹ ਗੱਡੀਆਂ ਦਾ ਨੰਬਰ ਉਹੀ ਨੇ, 1919 ਲੱਗੇ ਆ ਜਿਹੜੀਆਂ ਖੜੀ। 19 ਨੰਬਰ ਦਾ ਕੀ ਮਕਸਦ ਆ? ਮਤਲਬ ਮੈਂ ਦੇਖਿਆ ਤੁਹਾਡੇ ਘਰ 'ਚ ਸਾਰੀਆਂ ਕਾਰਾਂ 19 ਨੰਬਰ, 19 ਲੱਕੀ ਨੰਬਰ ਹੈ ਤਕਰੀਬਨ? ਨਹੀਂ, ਨੰਬਰ ਲੱਕੀ ਦੀ ਗੱਲ ਨਹੀਂ ਗੀ, ਆ ਜਿਵੇਂ ਸਕੂਟਰ ਵੀ ਖੜਾ ਪੁਰਾਣਾ ਮੇਰੇ ਇਹ ਕਾਲਜ ਵੇਲੇ ਦਾ, ਇਹ ਮੇਰੇ ਫਾਦਰ ਦੇ ਕਾਲਜ ਵੇਲੇ ਦਾ, ਇਹ ਉਹ ਗੁਰਕੀਰਤ ਹੋਣਾ ਦੇ ਉਹਨਾਂ ਦੇ ਕਾਲਜ ਵੇਲੇ ਦਾ। ਇਹ ਉਂਝੋਂ ਵੈਸੇ ਹੀ ਪਹਿਲੇ ਦਿਨ ਤੋਂ ਜਿਹੜੀ ਕਾਰ ਪਹਿਲੀ ਲਈ ਸੀ ਉਹਦਾ ਨੰਬਰ 19 ਲਿਆ ਸੀ, ਕੋਈ ਇਹ ਨਹੀਂ ਗੱਲ ਹੈ। ਉਦੋਂ ਬਾਅਦ ਇੱਕ ਇਹ ਆ ਵੀ 19 ਨੰਬਰ ਤਕਰੀਬਨ ਹਰ ਸੀਰੀਜ਼ ਦਾ ਕੋਈ ਨਾ ਕੋਈ ਜਿਹੜਾ ਉਹ ਗੱਡੀਆਂ 'ਤੇ ਲੈ ਲਈਦਾ, ਇਹ ਗੱਲ ਕੋਈ ਇਹ ਨਹੀਂ ਗੀ, ਕੋਈ ਵਹਿਮ ਵਾਲੀ ਜਾਂ ਲੱਕੀ ਗੱਲ ਵਾਲੀ ਕੋਈ ਨਹੀਂ ਗੀ। ਹੁਣ ਇਹ ਗੱਡੀ ਦੀ ਮੈਂ ਤੁਹਾਨੂੰ ਦੱਸਦਾ, ਇਹ ਗੱਡੀ ਜਿਹੜੀ ਖਾਸ ਤੌਰ 'ਤੇ ਕਿਉਂ ਸਭ ਤੋਂ ਨੇੜੇ ਆ ਸਾਰੇ ਪਰਿਵਾਰ ਦੇ, ਇਹ ਚੀਫ ਮਿਨਿਸਟਰੀ ਵੇਲੇ ਤਾਂ ਰੱਖੀ ਉਹਨਾਂ ਨੇ ਨਾਲ, ਪਰ ਉਦੋਂ ਪਹਿਲਾਂ ਜਦੋਂ 1986 'ਚ ਉਹ PCC ਪ੍ਰਧਾਨ ਬਣਦੇ ਆ, ਇਹ ਗੱਡੀ ਵੀ ਉਹਨਾਂ ਨੂੰ ਉਸ ਵੇਲੇ, ਉਹ ਦੁਬਈ ਤੋਂ ਆਏ ਸੀ, ਬਿਜ਼ਨਸਮੈਨ ਸੀ, ਕੀ ਸੀ ਆਹ ਗੱਡੀ ਉਹਨਾਂ ਨੇ ਉਸ ਵੇਲੇ 1986 'ਚ ਜਿਹੜੀ ਆ ਇਹ ਸਰਦਾਰ ਬੇਅੰਤ ਸਿੰਘ ਜੀ ਨੂੰ ਐਜ਼ ਏ ਪਾਰਟੀ ਪ੍ਰੈਜ਼ੀਡੈਂਟ ਜਦੋਂ ਬਣੇ ਸੀ ਦਿੱਤੀ ਸੀ। ਅਤੇ ਇਹ ਗੱਡੀ 'ਚ ਤਕਰੀਬਨ ਉਹ ਪੰਜਾਬ ਦੇ ਹਰ ਕੋਨੇ 'ਚ ਮੈਂ ਸਮਝਦਾ ਬੈਠ ਕੇ, ਅੱਜ ਵਾਂਗੂ ਨਹੀਂ, ਉਸ ਵੇਲੇ ਸਿੱਖਰਾਂ 'ਤੇ ਟੈਰਰਿਜ਼ਮ ਸੀ ਅਤੇ ਕਾਂਗਰਸ ਪਾਰਟੀ ਦੇ ਉੱਤੇ ਬੜੇ ਉਸ ਵੇਲੇ ਇਹ ਗੱਲਾਂ ਵੀ ਸੀ ਬਲਿਊ ਸਟਾਰ ਦੀਆਂ, 84 ਦੀਆਂ, ਪਰ ਇਹ ਗੱਡੀ 'ਚ ਬਹਿ ਕੇ ਸਾਰੇ ਪੰਜਾਬ 'ਚ ਐਜ਼ ਏ ਪ੍ਰਧਾਨ, ਕੋਈ ਚੀਫ ਮਿਨਿਸਟਰ ਨਹੀਂ, ਹਰ ਦੇ ਜਿੱਥੇ ਵੀ ਕੋਈ ਡੈਥ ਹੋਈ, ਜਿੱਥੇ ਵੀ ਕੋਈ ਟੈਰਰਿਸਟਾਂ ਨੇ ਬੰਦੇ ਮਾਰੇ, ਉਹਨਾਂ ਦੇ ਉਹ ਸੰਸਕਾਰ 'ਤੇ, ਉਹਨਾਂ ਦੇ ਉਹ ਭੋਗਾਂ 'ਤੇ, ਉਹਨਾਂ ਦੇ ਦੁੱਖ ਸੁੱਖ 'ਚ ਹਰ ਜਗ੍ਹਾ ਪਹੁੰਚੇ। ਇਹ ਮਸ਼ਹੂਰ ਗੱਲ ਹੁੰਦੀ ਸੀ ਸਰਦਾਰ ਬੇਅੰਤ ਸਿੰਘ ਜੀ ਦੀ, ਆਮ ਲੋਕ ਕਹਿੰਦੇ ਹੁੰਦੇ ਸੀ ਵੀ ਸਰਦਾਰ ਬੇਅੰਤ ਸਿੰਘ ਜੀ ਤੁਹਾਡਾ ਪੰਜਾਬ 'ਚ ਇੰਨਾ ਤੁਸੀਂ ਆਪਣਾ ਦੌਰਾ ਕਰਦੇ ਹੋ, ਲੋਕਾਂ ਨਾਲ ਪਿਆਰ ਆ, ਜੇ ਕਿਸੇ ਦਾ ਕੱਟਾ ਬੱਚਾ ਵੀ ਮਰ ਜਾਂਦਾ ਤਾਂ ਵੀ ਤੁਸੀਂ ਅਫਸੋਸ ਕਰਨ ਘਰਾਂ 'ਚ ਆ ਜਾਂਦੇ ਹੋ। ਇਹ ਇਹ ਉਹਨਾਂ ਦਾ ਰਿਸ਼ਤਾ ਸੀ। ਪਰ ਇਹ ਗੱਡੀ, ਨਾ ਤਾਂ ਇਹ ਗੱਡੀ ਬੁਲੇਟ ਪਰੂਫ ਸੀ, ਨਾ ਕੋਈ ਇਹਦੇ ਵਿੱਚ ਕੋਈ ਐਸੀ ਗੱਲ ਸੀ ਕਿਸੇ ਨੇ ਉਹ ਰੋਜ਼ ਟੈਰਰਿਜ਼ਮ ਦੇ ਅਗੇਂਸਟ ਬੋਲਦੇ ਸੀ, ਪਰ ਕਿਸੇ ਦੀ ਕਦੇ ਹਿੰਮਤ ਨਹੀਂ ਪਈ ਸੀ
ਕਿਉਂਕਿ ਉਹ ਸਹੀ ਕੰਮ ਰਾਹ 'ਤੇ ਸੀਗੇ। ਕਦੇ ਕਿਸੇ ਟੈਰਰਿਸਟ ਨੇ ਇੱਕ ਫਾਇਰ ਵੀ ਉਹਨਾਂ 'ਤੇ ਕੀਤਾ ਹੋਵੇ, ਕਦੇ ਇੱਕ ਗੋਲੀ ਵੀ ਉਹਨਾਂ 'ਤੇ ਕਿਸੇ ਨੇ ਚਲਾਈ ਹੋਵੇ। ਪੂਰੇ 92 ਤੱਕ ਉਹ 7 ਸਾਲ ਤਕਰੀਬਨ ਜਿਹੜਾ ਇਹ ਵਕਫਾ ਏ ਪ੍ਰਧਾਨਗੀ ਦਾ ਉਹਨਾਂ ਨੇ 92 ਤੋਂ ਪਹਿਲਾਂ ਉਹਨਾਂ ਨੇ ਕੱਢਿਆ ਏ। ਅਤੇ ਇਸ ਕਰਕੇ ਉਹਨਾਂ 'ਚ ਇਹ ਐਂਬੈਸਡਰ ਗੱਡੀ ਬਹੁਤ ਵੱਡੀ ਉਹਨਾਂ ਦੀ ਸਾਰਥੀ ਬਣ ਕੇ, ਇੱਕ ਪਾਸੇ ਉਹ ਇਹ 'ਚ ਉਸ ਵੇਲੇ ਕੋਈ ਏਸੀ ਵੀ ਨਹੀਂ ਹੁੰਦੇ ਸੀ, ਇਹ ਨਹੀਂ ਸੀ ਵੀ ਕੋਈ ਏਸੀ ਸੀ। ਦਿਨ ਰਾਤ ਸਫ਼ਰ ਕਰਨਾ, ਦਿੱਲੀ ਜਾਣਾ, ਦਿੱਲੀ ਤੋਂ ਸਿੱਧੇ ਪਤਾ ਲੱਗਣਾ ਅੰਮ੍ਰਿਤਸਰ ਲੋਕ ਸ਼ਹੀਦ ਕਰ ਦਿੱਤੇ ਗਏ, ਉਦੋਂ ਬਾਅਦ ਪਤਾ ਲੱਗਣਾ ਗੁਰਦਾਸਪੁਰ ਤੋਂ ਫਿਰੋਜ਼ਪੁਰ। ਇਸ ਗੱਡੀ 'ਚ ਹੀ ਇੱਕ ਪਾਸੇ ਉਹ ਬਹਿ ਜਾਂਦੇ ਸੀ ਅਤੇ ਉਹ ਐਨਕਾਂ ਲਾ ਕੇ, ਲੋਕ ਕਈ ਵਾਰ ਪੁੱਛਦੇ ਸੀ ਵੀ ਐਨਕ ਕਿਉਂ ਲਾ ਕੇ, ਰੇਵਨ ਦੀ ਐਨਕ ਉਹਨਾਂ ਨੂੰ ਬੜੀ ਪਸੰਦ ਸੀ ਉਹ, ਕਿਉਂਕਿ ਗੱਡੀ 'ਚ ਕੋਈ ਏਸੀ ਨਹੀਂ ਹੁੰਦੇ ਸੀ। ਜਿੱਦਣ ਅਟੈਕ ਵੀ ਹੋਇਆ ਏ, ਜਿੱਦਣ 31 ਅਗਸਤ 1995 ਸ਼ਾਮ 5 ਵਜੇ ਦੇ ਆਸ ਪਾਸ ਦਾ ਸਮਾਂ ਸੀਗਾ, ਉਸ ਵੇਲੇ ਉਹਨਾਂ ਦੇ ਨਾਲ ਉਹ ਉੱਦਣ ਇੰਨੇ ਲੋਕ 2000 ਦੇ ਤਕਰੀਬ ਲੋਕ ਉਹਨਾਂ ਨੂੰ ਮਿਲੇ। ਉਹਨਾਂ ਨੇ ਉਦੋਂ ਬਾਅਦ ਸੈਕਟਰੀਏਟ ਪਹੁੰਚ ਗਏ ਸੀ ਜਾਂ ਉਹਨਾਂ ਨੇ ਪਹੁੰਚਣਾ ਸੀ ਵਾਪਸ ਆ ਰਹੇ? ਸਵੇਰ ਦੇ ਹੀ ਸੈਕਟਰੀਏਟ ਸੀ ਉਹਨਾਂ ਨੇ। ਉਦੋਂ ਬਾਅਦ ਲੋਕਾਂ ਨੂੰ ਮਿਲ ਗਏ, ਕੁਛ ਮਹਿਕਮੇ ਦੀ ਸਰਦਾਰ ਜਗਮੋਹਨ ਸਿੰਘ ਕੰਗ ਕੋਲ ਰੈਵਨਿਊ ਮਹਿਕਮਾ ਸੀ, ਉਹਨਾਂ ਦੀਆਂ ਕੁਛ ਆ ਕੇ ਫਾਈਲਾਂ ਹੈ ਜਿਹੜੀਆਂ ਉਹਨਾਂ ਨੇ ਯੂਟੀ ਗੈਸਟ ਹਾਊਸ ਜਿਹੜੀਆਂ ਉਹ ਕਲੀਅਰ ਕਰਨੀਆਂ ਸੀ, ਉਹ ਉੱਥੇ ਉਹਨਾਂ ਨੇ ਬੈਠਣ ਲਈ ਗੱਡੀ 'ਚ ਜਿਹੜਾ ਉਹ ਆ ਰਹੇ ਸੀ। ਅਤੇ ਉੱਦਣ ਉਸ ਵੇਲੇ ਗੱਲ ਇਹ ਸੀ ਵੀ ਜਿਵੇਂ ਤੁਸੀਂ ਇਹ ਕਹਿੰਦੇ ਹੋ, ਉੱਦਣ ਮੈਨੂੰ ਯਾਦ ਆ ਦਰਸ਼ਨ ਸਿੰਘ ਡਰਾਈਵਰ ਨੇ ਜਿਹੜੇ ਉਹ ਉਸ ਗੱਡੀ 'ਚ ਸੀ, ਉਹਨਾਂ ਨੂੰ ਇਹ ਹੁੰਦਾ ਸੀ ਵੀ ਜਿਹੜੇ 3 ਪੁਰਾਣੇ ਡਰਾਈਵਰ ਨੇ ਉਹਨਾਂ ਦੇ ਉਹ ਹਮੇਸ਼ਾ ਹੀ ਗੱਡੀਆਂ ਲਾਉਂਦੇ। ਦਰਸ਼ਨ ਸਿੰਘ ਉਦੋਂ ਡਿਊਟੀ 'ਤੇ ਸੀ ਇੱਕ, ਅਤੇ ਇੱਕ ਉਹਨਾਂ ਦਾ ਡਰਾਈਵਰ ਹੋਰ ਰਾਜੂ ਸੀ। ਚਾਰੋ ਡਰਾਈਵਰ ਉਸ ਵੇਲੇ ਕੌਨਵਾਏ ਸੀ ਜਿਹੜਾ ਅੰਬੈਸਡਰ ਗੱਡੀਆਂ ਦਾ ਜੀ 'ਚ ਲੱਗਿਆ ਹੋਇਆ ਸੀ। ਪਰ ਉਹ ਜਿਹੜਾ ਉਹਨਾਂ ਨੇ ਉਹ ਸੁਣਾਈ, ਕਿਉਂਕਿ ਮੈਨੂੰ ਯਾਦ ਆ ਵਿਰਕ ਸਾਹਿਬ ਤਾਂ ਹੈਗੇ ਹੀ ਆ, ਵਿਰਕ ਸਾਹਿਬ ਉਸ ਵੇਲੇ CRP 'ਚ ਸੀਗੇ। CRP 'ਚ IG ਹੋਣ ਨਾਤੇ ਉਹਨਾਂ ਕੋਲ ਇਨਫੋਰਮੇਸ਼ਨ ਸੀ ਕੋਈ ਬਈ ਇੱਕ ਹਿਊਮਨ ਬੰਬ ਆ ਜਿਹੜਾ ਉਹਦੇ ਲਈ ਸਾਰਾ, ਕਿਉਂਕਿ ਉਹ 'ਚ RDX ਤਾਂ ਪਹਿਲਾਂ ਹੁੰਦਾ ਹੀ ਹੁੰਦਾ ਸੀ, ਯੂਜ਼ ਹੁੰਦਾ ਸੀ। ਇੱਕ PNT ਇੱਕ ਨਵਾਂ ਐਕਸਪਲੋਜ਼ਿਵ ਆ ਜਿਹੜਾ ਇਹ ਪਾਕਿਸਤਾਨ ਤੋਂ ਆਇਆ ਸੀ ਉਹਦੇ ਨਾਲ ਯੂਜ਼ ਕਰਨ ਲਈ। ਉਹ ਅੰਦਰ ਜਾ ਕੇ ਸਿਰਫ ਜਿਵੇਂ ਚਿੰਗਿਆਰੀਆਂ ਜਲਦੀਆਂ ਹੈ, ਜਿਵੇਂ ਸਮਝ ਲਓ ਅੰਦਰ ਜਾ ਕੇ ਅੱਗ ਮੰਗ ਜਿਵੇਂ ਫੁੱਲ ਝੜੀ ਚੱਲਦੀ ਆ, ਉਹ ਅੰਦਰ ਜਾ ਕੇ ਇਸ ਤਰੀਕੇ ਨਾਲ ਸਕਿਨ ਨੂੰ ਉਹ ਸਾੜਦੀ ਸੀ। ਅਤੇ ਉਹਨਾਂ ਨੂੰ ਇਸ ਵੀ ਇਹ ਬੁਲਟ ਪਰੂਫ ਗੱਡੀ ਵੀ ਆ ਵੀ ਪਹਿਲਾਂ RDX ਜੇ ਨੁਕਸਾਨ ਕਰੇਗਾ ਤਾਂ ਉਹ ਜਿਹੜੀ PNT ਆ ਉਹ ਇਹਨੂੰ ਆਪਣੇ ਫਾਇਰ ਨਾਲ, ਆਪਣੀ ਉਹ ਫੁੱਲ ਝੜੀਆਂ ਵਾਂਗੂ ਜਿਹੜੀ ਚਿੰਗਿਆਰੀਆਂ ਨਾਲ ਇਹਨੂੰ ਵੀ ਸਾੜ ਦੇਗਾ। ਅਤੇ ਉਹ ਗੱਲ ਇਹ ਆ ਕੇ ਵਿਰਕ ਸਾਹਿਬ ਕਲੀਅਰ ਸਾਨੂੰ ਸਾਰੇ ਪਰਿਵਾਰ ਨੂੰ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਕਿਹਾ ਵੀ ਇਹ ਮੋਡਿਊਲ ਪਹਿਲਾਂ ਵੀ ਰੋਜ਼ ਆਉਂਦੇ ਸੀ, ਪਹਿਲਾਂ ਤਾਂ ਜਾਣਕਾਰੀ ਸੀ ਕਿ 100% ਰਿਪੋਰਟ ਆ ਗਈ ਸੀ, ਰਿਪੋਰਟ ਏਜੰਸੀਆਂ ਨੇ ਦਿੱਤੀ, ਇਨਪੁੱਟ ਦਿੱਤੇ ਪੰਜਾਬ ਸਰਕਾਰ 'ਤੇ ਕਿ ਤੁਹਾਡੇ 'ਤੇ ਅਟੈਕ ਹੋ ਸਕਦਾ, ਇਸ ਤਰੀਕੇ ਦਾ ਅਟੈਕ ਹੋ ਸਕਦਾ। ਇਹ ਗੱਲਾਂ ਤਾਂ ਰੋਜ਼ ਹੀ ਚੱਲਦੀਆਂ ਸੀ, ਰੋਜ਼ ਮੋਡਿਊਲ ਬਸਟ ਹੁੰਦੇ ਸੀ, ਰੋਜ਼ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਸੀ, ਰੋਜ਼ ਫੜੇ ਜਾਂਦੇ ਸੀ, ਕੋਈ ਨਵੀਂ ਗੱਲ ਨਹੀਂ ਸੀ ਉਹਨਾਂ ਦੇ ਲਈ। ਪਰ ਇੱਕ ਗੱਲ ਇਹ ਸੀ ਵੀ ਹੁਣ ਸਰਦਾਰ ਬੇਅੰਤ ਸਿੰਘ ਜੀ ਇਹ ਗੱਲ ਕਹਿੰਦੇ ਸੀ ਵੀ ਜਿਹੜਾ ਮੇਰਾ ਟਾਰਗੇਟ ਸੀ, ਮੈਂ ਪੰਜਾਬ 'ਚ ਅਮਨ ਸ਼ਾਂਤੀ ਲਿਆਉਣੀ ਸੀ, ਉਹ ਮੈਂ ਲਿਆਤੀ। ਮੇਰਾ ਕੰਮ ਸੀ ਪੰਜਾਬ 'ਚ ਉਹੀ ਗਿੱਧੇ ਭੰਗੜੇ ਪੈ ਰਹੇ ਆ, ਉਹੀ ਪੰਜਾਬ ਦੇ ਵਿੱਚ ਦੁਬਾਰਾ ਜਿਹੜੇ ਆ ਉਹ ਮੇਲੇ ਲੱਗਣ ਲੱਗ ਗਏ, ਉਹੀ ਪੰਜਾਬ 'ਚ ਫਸਲਾਂ ਲਹਿਲਾ ਰਹੀਆਂ। ਲੋਕ 5 ਵਜੇ ਤੋਂ ਬਾਅਦ ਜਿਹੜਾ ਮਾਰਕੀਟਾਂ ਬੰਦ ਹੋ ਜਾਂਦੀਆਂ ਸੀ, ਸ਼ਹਿਰ ਬੰਦ ਹੋ ਜਾਂਦੇ ਸੀ, ਬੱਸਾਂ 'ਚ ਲਵਾ ਕੇ ਲੋਕ ਮਾਰੇ ਜਾਂਦੇ ਸੀ, ਕੁੜੀਆਂ ਧੀਆਂ ਭੈਣਾਂ ਦੇ ਰੇਪ ਕੀਤੇ ਜਾਂਦੇ ਸੀ, ਉਹ ਮੈਂ ਬੰਦ ਕਰਤੇ, ਉਹ ਖਤਮ ਹੋ ਗਿਆ ਕੰਮ। ਅਤੇ ਹੁਣ ਜੇ ਮੈਨੂੰ ਕੁਛ ਹੁੰਦਾ ਤਾਂ ਵੀ ਅਸੀਂ ਉੱਦਣ ਜਿਹੜੀ ਮੈਂ ਤੁਹਾਨੂੰ ਲਾਸਟ ਗੱਲ ਦੱਸ ਰਿਹਾ, ਵਿਰਕ ਸਾਹਿਬ ਤਾਂ ਹੈਗੇ ਆ, ਉਹਨਾਂ ਨੇ ਕਿਹਾ ਵੀ ਇਸ ਤਰੀਕੇ ਨਾਲ ਹਿਊਮਨ ਬੰਬ ਆ, ਸਾਰੀ ਫੈਮਿਲੀ ਨੂੰ ਸਾਨੂੰ ਇਕੱਠਾ ਕਰਕੇ। CM ਹਾਊਸ ਅੱਜ ਵੀ ਜਿਹੜਾ CM ਹਾਊਸ ਆ ਉਹ ਥੱਲੜਾ ਕਮਰਾ ਏ, ਜਿਹੜੀ ਪਹਿਲੀ ਕੋਠੀ ਆ 42 ਨੰਬਰ,
ਉਹਦੇ ਵਿੱਚ ਉਦੋਂ ਆਹ ਨਹੀਂ ਹੁੰਦਾ ਸੀ ਡੀ ਜਾਂ ਹੋ ਜਾਏ ਵੀ ਸੀ ਆਰ ਹੁੰਦੇ ਸੀ ਉਦੋਂ ਉਹ ਸੀ ਡੀ ਨਾ ਵੀ ਸੀ ਆਰ ਦੀ ਕੈਸੇਟ ਪਾ ਕੇ ਪੂਰੀ ਉਹਨਾਂ ਨੇ ਦਿਖਾਇਆ ਵੀ ਇਸ ਤਰੀਕੇ ਨਾਲ ਹਿਊਮਨ ਬੰਬ ਆ ਜਿਹੜਾ ਇਸ ਤਰੀਕੇ ਨਾਲ ਅਟੈਂਪਟ ਕਰ ਸਕਦਾ। ਮੈਨੂੰ ਯਾਦ ਆ ਉਦੋਂ ਬਾਅਦ ਮੇਰੇ ਗ੍ਰੈਂਡ ਮਦਰ ਨੇ ਸਾਰੇ ਉੱਤੇ ਜਾ ਕੇ ਗ੍ਰੈਂਡ ਫਾਦਰ ਨਾਲ ਗੱਲ ਕੀਤੀ ਵੀ ਜੇ ਉਹ ਪੁਲਿਸ ਵਾਲੇ ਕਹਿ ਰਹੇ ਆ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਉਹ ਐਲੀਮੀਨੇਟ ਖਤਮ ਕਰ ਦਿੱਤੇ ਜਾਣਗੇ, ਸਾਨੂੰ ਪਤਾ ਹੈ ਵੀ ਤੁਸੀਂ ਇੱਕ ਥੋੜ੍ਹਾ ਜਿਹੜਾ ਹੈ ਉਹਨੂੰ ਘਟਾ ਦਿਓ ਇਹਨੂੰ, ਕਿਉਂਕਿ ਉਹ ਵੀ ਅਟੈਂਪਟ ਉੱਦਣ ਹੀ ਨਹੀਂ ਹੋਇਆ, ਉਹ ਲਗਾਤਾਰ ਹੀ ਰੋਜ਼ ਕਰਦੇ ਸੀ ਕਿਤੇ ਨਾ ਕਿਤੇ, ਉਹ ਕਿਤੇ ਦਾ ਲੱਗਦਾ ਸੀ ਕਿਤੇ ਨਹੀਂ ਲੱਗਦਾ ਸੀ। ਉਹ ਕਹਿੰਦੇ ਵੀ ਦੇਖੋ ਮੈਂ ਇੱਕ ਚੀਫ ਮਿਨਿਸਟਰ ਹੋ ਕੇ ਅਤੇ ਕੁਛ ਜੀ ਬੰਦਿਆਂ ਤੋਂ ਮੈਂ ਡਰ ਕੇ ਅੰਦਰ ਬਹਿ ਜਾਂ ਅਤੇ ਇਹ ਕਾਹਦਾ ਰਾਜ ਭਾਗ ਆ, ਇਹ ਕੋਈ ਨਾਲੇ ਜਿਹੜਾ ਮੈਂ ਕੁਛ ਕਰਨਾ ਸੀ, ਮੈਂ ਉਹ 'ਚ ਫਤਿਹ ਪਾ ਲਈ ਆ, ਪੰਜਾਬ ਮੇਰਾ ਸੁੱਖ ਸ਼ਾਂਤੀ ਨਾਲ ਘੁੱਗ ਵੱਸ ਰਹੇ ਆ, ਅਤੇ ਜ਼ਿੰਦਗੀ ਜੇ 5 ਸਾਲ ਵੱਧ ਆ ਜੇ ਘੱਟ ਆ ਇਹਦੇ ਨਾਲ ਕੀ ਫਰਕ ਪੈਂਦਾ ਵੀ ਮੈਂ। ਚਲੋ ਮੇਰੇ ਗ੍ਰੈਂਡ ਮਦਰ ਕਹਿੰਦੇ ਵੀ ਇਹ ਗੱਲ ਠੀਕ ਹੈ, ਜਿਸ 'ਚ ਇਹਨਾਂ ਦੀ ਖੁਸ਼ੀ ਆ ਜੋ ਇਹਨਾਂ ਦਾ ਟਾਰਗੇਟ ਸੀ, ਅਤੇ ਪੰਜਾਬ ਲਈ ਜੇ ਸ਼ਹਾਦਤ ਪਾ ਵੀ ਦਿੰਦੇ ਆ ਫਿਰ ਵੀ ਕੀ ਗੱਲ ਆ। ਇੱਕ ਫਿਰ ਉਦੋਂ ਗੱਲ ਆਈ ਵੀ ਜੈਮਰ, ਅੱਜ ਤੁਸੀਂ ਦੇਖਦੇ ਹੋ ਆ ਬੜੇ ਬੜੇ ਜਿਹੜੇ ਜੈਮਰ ਨੇ ਗੱਡੀਆਂ 'ਚ ਡੰਡੇ ਜੇ ਖੜ੍ਹੇ ਹੁੰਦੇ ਆ, ਇਹ ਅੱਜ ਕੱਲ੍ਹ ਜਿਹਦੇ ਕੋਲ ਵੀ ਜ਼ੈਡ ਪਲੱਸ ਸਿਕਿਉਰਿਟੀ ਆ ਜੈਮਰ ਨਾਲ ਚੱਲਦੇ ਆ, ਅਤੇ ਉਹ ਇੱਕ ਗੱਲ ਆਈ ਵੀ ਜੈਮਰ ਜਿਹੜਾ ਜ਼ਰੂਰ ਪ੍ਰਕਿਓਰ ਕਰਨਾ ਚਾਹੀਦਾ। ਅਤੇ ਜਦੋਂ ਪੁਲਿਸ ਮਹਿਕਮੇ ਨੇ KPS ਗਿੱਲ ਅਤੇ ਹੋਮ ਸੈਕਟਰੀ ਉਸ ਵੇਲੇ ਦੇ ਜਦੋਂ ਇਹ ਫਾਈਲ ਉਹਨਾਂ ਦੇ ਟੇਬਲ 'ਤੇ ਆਈ ਬਣ ਕੇ ਵੀ ਇਹਦੇ ਲਈ ਜੀ 1 ਕਰੋੜ ਰੁਪਏ ਦਾ ਖਰਚਾ ਹੈ ਜੇ ਆਪਾਂ 2 ਜੈਮਰ ਬਣਵਾਉਂਦੇ ਹਾਂ, ਉਸ ਵੇਲੇ ਇਹ ਸਫਾਰੀ ਜਾਂ ਗੱਡੀ ਸੀ ਜਾਂ ਇਹਦੇ ਵਿੱਚ ਲੱਗਦਾ ਸੀ ਜਾਂ ਅੰਬੈਸਡਰ ਦੇ ਵਿੱਚ ਹੀ ਉਸ ਵੇਲੇ ਜੈਮਰ ਰੱਖਦੇ ਸੀਗੇ, ਹੋਰ ਗੱਡੀਆਂ ਤਾਂ ਕੋਈ ਹੁੰਦੀਆਂ ਨਹੀਂ ਸੀ। ਪਰ ਉਹਨਾਂ ਨੇ ਉਸੇ ਵੇਲੇ ਉਹ ਫਾਈਲ ਆ ਜਿਹੜੀ ਉਹ ਤਾਂ ਅੱਜ ਰਿਕਾਰਡ 'ਤੇ ਨੇ ਉਹ ਰਿਜੈਕਟ ਕੀਤੀ, ਅਤੇ ਇਹ ਗੱਲ ਕਿਹਾ ਵੀ ਮੇਰੀ ਜ਼ਿੰਦਗੀ ਪੰਜਾਬ ਦੇ ਲੋਕਾਂ ਤੋਂ ਵੱਧ ਕੀਮਤੀ ਨਹੀਂ, ਜੇ ਮੇਰੇ 'ਤੇ ਇਹ 1 ਕਰੋੜ ਰੁਪਈਆ ਖਰਚ ਕਰਨਾ ਇਹੀ ਕਿਸੇ ਲੋਕਾਂ ਦੇ ਸਕੀਮ 'ਚ ਖਰਚ ਹੋ ਸਕਦਾ। ਇਸ ਕਰਕੇ ਇਹ ਜੈਮਰ ਉਦੋਂ ਪਹਿਲਾਂ ਪੰਜਾਬ ਨੇ ਪ੍ਰਕਿਓਰ ਹੀ ਨਹੀਂ ਕੀਤਾ ਸੀ, ਉਹਨਾਂ ਨੇ ਨਾ ਕਰਤੀ ਸੀ ਵੀ ਕੋਈ ਜੈਮਰ ਜੇ ਜਿਹਨੂੰ ਇੰਨਾ ਜੇ ਕੋਈ ਖਤਰਾ ਹੈ ਅਤੇ ਉਹ ਭਾਈ ਉਹ ਕੰਮ ਇਸ 'ਚ ਨਾ ਪਵੇ। ਅਤੇ ਉਹ 'ਚ ਕਿਉਂਕਿ ਉਸ ਵੇਲੇ 4 ਤਾਂ ਪੁਲਿਸ ਵਾਲੇ ਹੀ ਸੀਗੇ ਜਿਹੜੇ ਵਿੱਚੋਂ ਰਲ ਗਏ, ਜਿਹੜਾ ਜਿਵੇਂ ਆ ਗੇਟ ਆ, ਗੇਟ 'ਤੇ ਕੋਈ ਵੀ ਗੱਡੀ ਜੀ ਨੇ ਕੱਢਣੀ ਆ ਅਤੇ ਜੇ ਉਹ ਸੰਤਰੀ ਉਹ ਗੇਟ ਵਾਲਾ ਹੀ ਰਲਿਆ ਹੋਵੇ ਤਾਂ ਕੀ ਕਰ ਸਕਦੇ ਹੋ। ਮੈਂ ਉਹੀ ਕਿ ਸ਼ਾਮ 5 ਵਜੇ ਦਾ ਸਮਾਂ ਸੀ, ਤੁਸੀਂ ਕਿੱਥੇ ਸੀ, ਕੋਟਲੀ ਹੁਰੀ ਕਿੱਥੇ ਸੀਗੇ, ਔਰ ਕਿਵੇਂ ਇਹ ਸਾਰੀ ਸਾਜ਼ਿਸ਼ ਉਸ ਵੇਲੇ ਹੋਈ ਜਦੋਂ ਸੈਕਟਰੀਏਟ ਤੋਂ ਨੀਚੇ ਉਤਰੇ? ਸੈਕਟਰੀਏਟ ਅਸੀਂ ਦੇਖਦੇ ਹਾਂ ਕਿ ਜਦੋਂ CM ਸਿਕਿਉਰਿਟੀ ਲੱਗੀ ਹੁੰਦੀ, ਕਿ ਉਸ ਵੇਲੇ ਤਾਂ ਜਿਵੇਂ ਅੱਜ ਕੱਲ੍ਹ ਸਿਕਿਉਰਿਟੀ ਹੈ CRPF ਹੈ ਉਹ ਨਹੀਂ ਹੁੰਦੀ ਸੀ, ਪੰਜਾਬ ਪੁਲਿਸ ਹੁੰਦੀ ਸੀ, ਉਸ ਵੇਲੇ ਕਿਵੇਂ ਇਹ ਸਾਰੀ ਘਟਨਾ ਵਾਪਰੀ? ਰਾਜਵਾਨਾ ਕਿੱਥੇ ਸੀ, ਹਵਾਰਾ ਕਿੱਥੇ ਸੀ, ਹੋਰ ਜਿਹੜੇ ਤਾਰਾ ਉਹ ਇਹ ਸਾਰੇ ਕਿੱਥੇ ਸੀਗੇ? ਇਹ ਤਾਂ ਚਲੋ ਸਾਰਾ ਕੁਛ ਕੇਸ ਦੇ ਵਿੱਚ ਹੈਗਾ ਹੀ ਆ ਜਦੋਂ ਉਹਨਾਂ ਨੂੰ ਫਾਂਸੀਆਂ ਹੋਈਆਂ, ਅਤੇ ਸ਼ਾਮ ਦੇ 5 ਵਜੇ ਸੀ, ਅਸੀਂ ਤਾਂ ਘਰੇ ਸੀ ਸਾਰੇ ਆਪਣੇ, ਕਿਉਂਕਿ ਆ ਮੌਸਮ ਥੋੜ੍ਹਾ ਜਿਹਾ ਇਸ ਵੇਲੇ ਠੀਕ ਹੋ ਜਾਂਦਾ ਦਿਨਾਂ ਦੇ ਵਿੱਚ, ਅਤੇ ਅਸੀਂ ਉੱਥੇ ਬਾਹਰ ਹੀ ਆਪਣਾ ਸ਼ਾਮ ਨੂੰ ਕੋਈ 5 ਕੁ ਵਜੇ ਆ ਕੋਈ ਆਪਣੀ ਕੁਛ ਗੇਮਸ ਖੇਡਣ ਦੀ ਤਿਆਰੀ ਕਰ ਰਿਹਾ ਕੋਈ, ਅਸੀਂ ਆਸਟ੍ਰੋਟਰਫ ਇੱਥੇ ਲੱਗਿਆ ਸੀ ਉਦੋਂ 46 ਦੇ ਵਿੱਚ ਹੋਕੀ ਖੇਡਣ ਲਈ, ਸਾਰੇ ਅਸੀਂ ਇਕੱਠੇ ਹੋ ਰਹੇ ਸੀਗੇ ਉੱਥੋਂ, ਇਕੱਠੇ ਟੀਮ ਬਣਾ ਕੇ ਅਸੀਂ ਜਾਂਦੇ ਸੀ ਖੇਡਣ, ਅਤੇ ਉਦੋਂ ਇੱਕਦਮ ਜਿਹੜਾ ਹੈ ਬੰਬ ਬਲਾਸਟ ਸੀ। ਗੁਰਕੀਰਤ ਹਜੇ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ, ਗੁਰਕੀਰਤ ਸੈਕਟਰੀਏਟ ਹੀ ਗਏ ਹੋਏ ਸੀ, ਅਤੇ ਸਾਡੇ ਉਸ ਵੇਲੇ ਪ੍ਰਿੰਸੀਪਲ ਸੈਕਟਰੀ ਸੀਗੇ ਮੈਣੀ ਜਗਤੇਸ਼ਵਰ, ਸਰਦਾਰ ਜਗਤੇਸ਼ਵਰ ਸਿੰਘ ਮੈਣੀ ਸਾਹਿਬ, ਬਹੁਤ ਸੀਨੀਅਰ IS ਸੀਗੇ, ਅਤੇ ਉਹ ਕਿਤੇ ਚੀਫ ਮਿਨਿਸਟਰ ਸਾਹਿਬ ਜਦੋਂ ਲਿਫਟ ਉੱਤਰੇ ਗੁਰਕੀਰਤ ਉਹਨਾਂ ਕੋਲ ਕੋਈ ਆਪਣੇ ਜਿਹੜਾ ਵੀ ਅਰਜੀ ਸੀ ਜਾਂ ਕੰਮ ਸੀ ਉਹਨਾਂ ਲਈ 2 ਮਿੰਟ ਰੁਕ, ਅਤੇ ਜਦੋਂ ਥੱਲੇ ਆਏ ਲਿਫਟ ਤੋਂ ਗੱਲ ਇੱਕ ਇਹ ਹੁੰਦੀ ਆ ਵੀ ਜਦੋਂ ਤੁਹਾਨੂੰ ਪਤਾ ਆਪਣੇ ਪੁਲਿਸ ਵਾਲੇ ਜਦੋਂ ਉੱਤੋਂ ਵਾਇਰਲੈਸ ਕੋਈ ਵੀ ਕਾਲ ਆ ਜਾਵੇ VIP ਦੀ ਤੁਸੀਂ ਦੇਖਦੇ ਹੋ ਵੀ ਉੱਤੋਂ ਕਹਿ ਦੇਣ ਵੀ
ਰੈਡੀ ਜਾਂ ਮੂਵ, ਅਤੇ ਜਿਹੜੇ ਥੱਲੇ ਆਪਣੇ ਮੁਲਾਜ਼ਮ ਕਦੇ ਜਿਪਸੀਆਂ 'ਚ ਕੋਈ ਬੈਠੇ ਹੁੰਦੇ, ਕੋਈ ਗੱਡੀਆਂ 'ਚ ਹੁੰਦੇ ਆ, ਕਿਉਂ ਕਈ ਘੰਟੇ ਜਿਹੜਾ ਵੀ ਆਈ ਪੀ ਉੱਤੇ ਆਪਣੇ ਆਫਿਸ 'ਚ ਕੰਮ ਕਰਦਾ ਹੁੰਦਾ, ਇਹ ਇੱਕਦਮ ਭੱਜਦੇ ਆ ਆਪਣੀ ਜਗ੍ਹਾ ਲੈਣ ਲਈ। ਜਿਹੜਾ ਪਰੇ ਕਰਤਾ ਅੰਬੈਸਡਰ ਗੱਡੀ ਆ ਗਈ ਅਤੇ ਸਾਹਮਣੇ ਜਿੱਥੇ ਹਰਿਆਣੇ ਦੇ ਮੰਤਰੀਆਂ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਸੀ, ਹੁਣ ਨਹੀਂ, ਹੁਣ ਤਾਂ ਸੀ ਐੱਮ ਦੀ ਗੱਡੀ ਤੋਂ ਬਗੈਰ ਮਿਨਿਸਟਰ ਨੂੰ ਵੀ ਕਿਸੇ ਨੂੰ ਵੀ ਲਾ ਕੇ ਗੱਡੀਆਂ ਹੁਣ ਬਾਹਰ ਆ ਜਾਂਦੀਆਂ। ਉਦੋਂ ਬਾਅਦ ਉਹ ਗੱਡੀਆਂ ਅੱਗੇ ਮੰਤਰੀਆਂ ਦੀਆਂ ਗੱਡੀਆਂ ਜਿਹੜੀਆਂ ਹੈ ਉਹ ਹਰਿਆਣਾ ਸੈਕਟਰੀਏਟ ਸੀਗਾ ਉਹਦੇ ਬਾਹਰ, ਉਹਦੇ ਵਿਚਾਲੇ ਇਹਨਾਂ ਨੇ ਉਸ ਵੇਲੇ ਅੰਬੈਸਡਰ ਗੱਡੀ ਖੜੀ ਕਰ ਲਈ ਅਤੇ ਵਰਦੀਆਂ 'ਚ ਸੀਗੇ। ਅਤੇ ਜਦੋਂ ਪੁਲਿਸ ਦੀ ਵਰਦੀ ਸੀ, ਪੁਲਿਸ 'ਚ ਵਰਦੀ ਸੀਗੇ ਜਿਹੜਾ ਦਿਲਾਵਰ ਵੀ ਸੀ, ਕੌਣ ਕੌਣ ਪੁਲਿਸ ਦੀ ਵਰਦੀ, ਕਿਉਂਕਿ ਇਹ ਵੀ ਆਪ ਪੁਲਿਸ 'ਚ ਐੱਸ ਪੀ ਓ ਸੀਗਾ ਉਦੋਂ, ਇਹ ਆਪ ਵਰਦੀ ਸੀ ਜਿਹੜੇ ਆ ਸਾਰੇ ਜਿਹੜੇ ਪੁਲਿਸ ਵਾਲੇ ਸੀਗੇ ਨਾਲ, ਮੈਂ ਤੁਹਾਨੂੰ ਦੱਸ ਰਿਹਾ ਜਿਵੇਂ, ਅਤੇ ਇੱਕ ਉੱਥੇ ਰਾਜੋਆਣਾ ਸੀ, ਇੱਕ ਹਵਾਰਾ ਸੀ, ਇੱਕ ਪਿਓਰਾ ਜਾਂ ਤਾਰਾ ਇਹਨਾਂ 'ਚੋਂ ਕੋਈ ਸੀ, ਬਾਕੀ ਵੀ ਆਪਣੀ ਆਪਣੀ ਹੋਰ ਕਿਤੇ ਡਿਊਟੀਆਂ ਹੋਣਗੀਆਂ। ਇਹ ਕਿੱਥੇ ਸੀਗੇ, ਗੱਡੀ 'ਚ ਬੈਠੇ ਸੀ, ਕਿੱਥੇ ਸੀ? ਗੱਡੀ 'ਚ ਹੀ ਬੈਠੇ ਸੀ ਇਹਨਾਂ ਨੇ ਗੱਡੀ ਲਾ ਕੇ। ਜਦੋਂ ਉਹਨਾਂ ਨੇ ਮੂਵਮੈਂਟ ਦੇਖੀ ਵੀ ਇੱਕਦਮ ਉੱਤੋਂ ਕੌਲ ਆ ਗਈ ਆ ਦੇ ਪੁਲਿਸ ਵਾਲੇ ਆਪਣੀ ਕੌਨਵਾਏ ਦੇ ਵੱਲ ਨੂੰ ਵੱਧ ਰਹੇ ਆ, ਅਤੇ ਇਹ ਵੀ ਵਰਦੀ 'ਚੋਂ ਆਪਣੀ 'ਚੋਂ ਗੱਡੀ 'ਚੋਂ ਉੱਤਰ ਕੇ ਵਰਦੀ ਪਾ ਕੇ ਨਾਲ ਹੀ, ਕਿਉਂਕਿ ਉਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਿਆ ਵੀ ਇਹ ਪੰਜਾਬ ਪੁਲਿਸ ਦਾ, ਐੱਨ ਐੱਸ ਜੀ ਵਾਲਿਆਂ ਨੇ ਸੋਚਿਆ ਇਹ ਕਿਸੇ ਇੱਥੇ ਗੇਟ 'ਤੇ ਡਿਊਟੀ ਲੱਗੀ ਆ, ਸੀ ਆਰ ਪੀ ਵਾਲਿਆਂ ਨੇ ਸੋਚਿਆ ਹੋਣਾ ਵੀ ਇਹ ਕੋਈ ਪੰਜਾਬ ਪੁਲਿਸ ਦਾ ਹੈ। ਉਹ ਬੜਾ ਤਰੀਕੇ ਨਾਲ, ਕਿਉਂਕਿ ਵੱਡੀ ਜਦੋਂ ਵੀ ਸਾਜਿਸ਼ ਹੁੰਦੀ ਹੈ ਐਸੀ ਵੱਡੀ, ਇਹਦੇ ਵਿੱਚ ਬਹੁਤ ਗੱਲਾਂ ਹੈ ਜਿਹੜੀਆਂ ਪਤਾ ਨਹੀਂ ਲੱਗਦੀਆਂ, ਕਿਉਂਕਿ ਜਿਹੜੇ ਵਰਤੇ ਗਏ ਹੁੰਦੇ ਆ ਉਹ ਜਿਹੜੇ ਬਾਅਦ 'ਚ ਆਪਣੀਆਂ ਸਜ਼ਾ ਭੋਗਦੇ ਰਹਿੰਦੇ ਆ, ਜਿਵੇਂ ਕਿ ਭੋਗ ਰਹੇ ਆ, ਪਰ ਮਾਸਟਰ ਮਾਇੰਡ ਜਿਹੜੇ ਵੱਡੇ ਨੇ ਉਹ ਜਾਂ ਤਾਂ ਆਊਟ ਆਫ ਕੰਟਰੀ, ਜਿਵੇਂ ਬੇਨ ਬੱਬਰ ਖਾਲਸਾ ਵਾਲੇ ਤਾਂ ਬਾਹਰ ਹੀ ਬੈਠੇ ਆ ਹਜੇ, ਉਹਨਾਂ ਨੂੰ ਤਾਂ ਉਹਨਾਂ ਦਾ ਦੋਵਾਂ ਦਾ ਨਾਂ ਆ ਜਿਹਨਾਂ ਦਾ, ਵਧਾਵਾ ਸਿੰਘ ਬੱਬਰ ਅਤੇ ਇੱਕ ਹੋਰ ਦੋ ਤਾਂ ਬਾਹਰ ਹੀ ਬੈਠੇ ਆ, ਬਾਕੀ ਜਿਹੜਾ ਉਰੇ ਵਾਲਾ ਸੀ ਇਹ ਨਾਲ ਉੜ ਗਿਆ। ਗੱਡੀ 'ਚ ਬੈਠ ਸਕਦੇ ਹਾਂ ਇਸ ਵੇਲੇ? ਇਸ ਵੇਲੇ ਗੱਡੀ 'ਚ ਬੈਠ ਸਕਦੇ ਹਾਂ? ਕਿਵੇਂ, ਗੱਡੀ ਤਾਂ ਹੰਦੋਗੀ, ਕਿਉਂ ਨਹੀਂ ਬਹਿ ਸਕਦੇ? ਤਾਂ ਇਹ ਉਹੀ ਗੱਡੀ ਹੈ ਜਿਹੜੀ ਬੇਅੰਤ ਸਿੰਘ ਹੋਰਾਂ ਨੂੰ ਬੇਹੱਦ ਪਿਆਰੀ ਸੀਗੀ, ਔਰ ਅਮੂਮਨ ਦੱਸ ਰਹੇ ਨੇ ਕਿ ਜਦੋਂ ਪ੍ਰਧਾਨ ਵੀ ਸੀਗੇ ਤਾਂ ਇਸੇ ਗੱਡੀ 'ਚ ਪੰਜਾਬ ਦਾ ਪੂਰਾ ਦੌਰਾ ਵੀ ਕਰਦੇ ਸੀਗੇ। ਔਰ ਉਸ ਵੇਲੇ ਸ਼ਾਮੀ 5 ਵਜੇ ਦੀ ਘਟਨਾ ਤੁਸੀਂ ਦੱਸਿਆ ਕਿ ਰਾਜਵਾਨਾ ਹਰੀ ਤਾਰਾ ਹੋਰੀ ਇਹ ਦੂਰ ਗੱਡੀ ਲਾ ਕੇ ਬੈਠ ਗਏ ਸੀਗੇ, ਕਿਵੇਂ ਕਿਵੇਂ ਫਿਰ ਉਸ ਵੇਲੇ ਪੂਰਾ ਵਾਕਿਆ ਕਿਦਾਂ? ਆਪਾਂ ਗੱਡੀ 'ਚ ਬੈਠੇ ਹਾਂ, ਉਹ ਜਿਵੇਂ ਬਸ ਉਹ ਜਿਹੜੀ ਜਿਵੇਂ ਆਫਿਸ ਆ ਉੱਥੇ ਤੱਕ ਉਹਨਾਂ ਦੀ ਜਿਹੜੀ ਨਜ਼ਰ ਆ, ਇੱਥੋਂ ਤੁਰ ਕੇ ਜਦੋਂ ਮੂਵਮੈਂਟ ਸ਼ੁਰੂ ਹੋਈ, ਜਦੋਂ ਬਾਕੀ ਜਿਪਸੀਆਂ 'ਚੋਂ ਗਨਮੈਨ ਉੱਤਰ ਕੇ ਕੌਡਨ ਕਰਨ ਲੱਗੇ ਆ ਜਾਂ ਗੱਡੀਆਂ 'ਚੋਂ ਡਰਾਈਵਰ ਦੂਜੀਆਂ ਗੱਡੀਆਂ 'ਚੋਂ, ਆਮ ਤੁਸੀਂ ਦੇਖਿਆ ਹਰ ਬੰਦਾ ਟੈਲੀਫੋਨ 'ਤੇ ਹੀ ਲੱਗਿਆ ਹੋਇਆ, ਤੁਸੀਂ ਦੇਖੋਗੇ ਇੱਕ ਇਹ ਬੜੀ ਉਦੋਂ ਜ਼ਿਆਦਾ ਕੀ ਸੀ, ਇਹ ਪਲੇਇੰਗ ਕਾਰਡ ਜਿਹੜੇ ਅਤਾਸ਼ ਦੇ ਪੱਤੇ ਆ ਜਿਹੜੇ ਉਹ ਚਾਰ ਚਾਰ ਜਿਪਸੀਆਂ 'ਚ ਪਿੱਛੇ ਬੈਠੇ ਖੇਡੀ ਜਾਂਦੇ ਚਾਰ ਚਾਰ ਪੰਜ ਪੰਜ ਘੰਟੇ ਵੀ ਮੰਤਰੀ ਜਾਂ ਸੀ ਐੱਮ ਉੱਤੇ ਮੀਟਿੰਗਾਂ ਚੱਲ ਰਹੀਆਂ, ਉਹ ਜਦੋਂ ਅਲਰਟਨੈਸ ਘੱਟ ਰਹਿੰਦੀ ਆ ਅਤੇ ਜਦੋਂ ਇੱਕਦਮ ਕੌਲ ਆ ਗਈ ਤਾਂ ਭੱਜ ਕੇ ਆਪਣੀਆਂ ਗੱਡੀਆਂ ਵੱਲੋਂ ਆ ਗਏ, ਅਤੇ ਉਹਦੇ ਵਿੱਚ ਇਹ ਜਿਹੜੀ ਕਮੀ ਰਹੀ ਉਹ ਇਹਦੇ ਵਿੱਚ ਰਹੀ। ਦੂਜੀ ਗੱਲ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਪਹਿਲਾਂ ਪਤਾ ਹੋਣ ਦੇ ਬਾਵਜੂਦ ਜਿਹੜੀ ਇਸ ਸਿਕਿਉਰਿਟੀ ਦੇ ਵਿੱਚ ਜਿਹੜੀ ਕਮੀ ਰਹੀ ਉਹ ਇੱਕ ਬਹੁਤ ਵੱਡਾ ਸਵਾਲ ਆ। ਇਸ ਗੱਲ 'ਤੇ ਆਈ ਬੀ ਅਤੇ ਸੀ ਬੀ ਆਈ ਨੇ ਬੜੀਆਂ ਇਸ 'ਤੇ ਬਾਅਦ 'ਚ ਜਿਹੜੇ ਇਹਨੂੰ ਇੰਪਰੂਵ ਕਰਨ ਲਈ ਸਿਸਟਮ ਇਹ 'ਤੇ ਬੜੇ ਅੱਗੇ ਪੁਆਇੰਟਸ ਬਣੇ ਨੇ, ਅੱਗੇ ਬਲੂ ਬੁੱਕ ਬਣੀ, ਯੈਲੋ ਬੁੱਕ ਬਣੀ, ਜਿਹਦੇ ਵਿੱਚ ਇਹ ਚੀਜ਼ਾਂ ਨੂੰ ਅੱਗੇ ਠੀਕ ਕੀਤਾ ਗਿਆ, ਜਿਹੜੇ ਜ਼ੈੱਡ ਅਤੇ ਜ਼ੈੱਡ ਪਲੱਸ ਕੈਟੇਗਰੀਜ਼ ਨੇ, ਪਰ ਉਸ ਵੇਲੇ ਬਹੁਤ ਵੱਡੀਆਂ ਕਮੀਆਂ ਹੈ ਜਿਹੜੀਆਂ ਉਹ ਰਹਿ ਗਈਆਂ। ਮੈਨੂੰ ਇਹ ਵੀ ਯਾਦ ਆ ਜਿੱਦਣ ਚੀਫ ਮਿਨਿਸਟਰ ਦੀ ਸਹੁੰ ਚੱਕੀ ਉਦੋਂ ਖਾਸ ਤੌਰ 'ਤੇ ਨਰਸਿਮਹਾ ਰਾਓ ਜੀ ਨੇ ਮੰਨਣ ਨਾ, ਉਦੋਂ ਇੱਕ ਗੱਡੀ ਆਪਣੀ ਐੱਸ ਪੀ ਜੀ 'ਚੋਂ ਦਿੱਲੀਓਂ ਗੱਡੀ ਬੁਲਟ ਪਰੂਫ ਆਈ, ਉਹ 'ਚ ਬਹਿਣ ਨੂੰ ਤਿਆਰ ਨਹੀਂ ਸੀ। ਇਹ ਮਾਸਟਰ ਮਾਇੰਡ ਕੌਣ ਸੀ? ਤੁਸੀਂ ਕਹਿ ਰਹੇ ਹੋ ਰਾਜਵਾਨਾ ਹਰੀ ਮਾਸਟਰ ਮਾਇੰਡ ਨਹੀਂ ਸੀ, ਇਹ ਤਾਂ ਕਰਿੰਦੇ ਸੀਗੇ, ਮਾਸਟਰ ਮਾਇੰਡ ਕੌਣ ਸੀਗਾ? ਮਾਸਟਰ ਮਾਇੰਡ ਤਾਂ ਦੇਖੋ ਜਦੋਂ ਤੱਕ ਇਹ ਬੱਬਰ ਖਾਲਸਾ ਦਾ ਜਿਹੜੇ ਚੀਫ ਨੇ
ਉਹਨਾਂ ਦਾ ਜਿੰਨਾ ਚਿਰ ਜਾਂ ਉਹ ਇੱਥੇ ਲਿਆਏ ਜਾਣ ਜਾਂ ਜਿੰਨਾ ਚਿਰ ਉਹ ਫੜੇ ਨਹੀਂ ਜਾਂਦੇ ਉਹਨਾਂ ਚਿਰ ਉਹ ਗੱਲਾਂ ਕਲੀਅਰ ਨਹੀਂ ਹੋ ਸਕਦੀਆਂ ਵੀ ਇੱਥੇ ਦੇਸ਼ ਦੇ ਅੰਦਰ ਵੀ ਕਿਹੜੀ ਸ਼ਕਤੀ ਸੀ ਜਿਹੜੀ ਰਲੀ ਹੋਈ ਸੀ ਜਾਂ ਬਾਹਰੋਂ ਕਿਹੜੀਆਂ ਸ਼ਕਤੀ। ਤੁਸੀਂ ਅੱਜ ਵੀ ਮੈਨੂੰ ਯਾਦ ਹੈ ਕਿ ਜਦੋਂ ਵੀ ਇਲੈਕਸ਼ਨ ਦਾ ਨੋਮੀਨੇਸ਼ਨ ਭਰਨਾ ਹੈ ਗੱਡੀ 'ਤੇ ਜਾਂਦੇ ਹੋ, ਬੜੀਆਂ ਭਾਵਨਾਵਾਂ ਜੁੜੀਆਂ ਹੋਈਆਂ, ਬੜੇ ਸੈਂਟੀਮੈਂਟ ਜੁੜੇ ਹੋਏ ਨੇ, ਉਸ ਵੇਲੇ ਬਲਾਸਟ ਹੋਣਾ ਔਰ ਉਸੇ ਤਰੀਕੇ ਦੀ ਗੱਡੀ ਦੇ ਵਿੱਚ ਬੈਠਣਾ ਇੱਕ ਬੇਹੱਦ ਔਖਾ ਹੁੰਦਾ ਹੋਣਾ ਹੈ ਕਿ ਕਿਸ ਤਰੀਕੇ ਦੇ ਨਾਲ ਅੱਖਾਂ ਦੇ ਸਾਹਮਣੇ ਇਹ ਸਾਰਾ ਵਾਕਿਆ ਹੁੰਦਾ ਜਾਂ ਸਾਰਾ ਕੁਛ ਹੁੰਦਾ। ਜਿਸ ਤਨ ਜਾਣੇ ਉਹੀ ਜਾਣੇ, ਜਿਵੇਂ ਕਹਿੰਦੇ ਨਾ ਵੀ ਜਿਹਦੇ ਲੱਕੀ ਹੁੰਦੀ ਆ ਉਹੀ ਜਾਣਦਾ। ਅਸੀਂ ਪਰ ਇੰਨਾ ਕੁਛ ਦੇਖ ਕੇ ਆਪਣੇ ਪਿੰਡੇ 'ਤੇ ਇੰਨਾ ਕੁਛ ਹੰਢਾ ਲਿਆ ਵੀ ਜਿਵੇਂ ਬੰਦਾ ਇੱਕ ਕੋਈ ਕਿਸੇ ਚੀਜ਼ ਨੂੰ ਦਰਦ ਖਤਮ ਹੋ ਜਾਂਦਾ ਹੈ, ਮਹਿਸੂਸ ਨਹੀਂ ਹੁੰਦਾ। ਅਸੀਂ ਉਸ ਤਰੀਕੇ ਦੇ ਨਾਲ ਮੈਂ ਸਮਝਦਾ ਕਹਿ ਲਓ ਵੀ ਜਿਵੇਂ ਪੱਥਰ ਬਣ ਜਾਂਦੇ ਆ ਸਾਡੇ ਅੱਖਾਂ 'ਚੋਂ, ਅੰਸੂ ਨਹੀਂ ਦੇਖੋਗੇ ਤੁਸੀਂ। ਇਸ ਕਰਕੇ ਸਾਨੂੰ ਇਹ ਗੱਡੀ 'ਚ ਬਹਿ ਕੇ ਕਿਤੇ ਨਾ ਕਿਤੇ ਸਕੂਨ ਵੀ ਆਉਂਦਾ ਵੀ ਇਸ 'ਚ ਬਹਿ ਕੇ ਉਹਨਾਂ ਨੇ ਹਰ ਪੰਜਾਬ ਦੇ ਕੋਨੇ ਕੋਨੇ 'ਤੇ ਜਾ ਕੇ ਜਿਹਦਾ ਦੁੱਖ ਸੀ ਉਹਨੂੰ ਮੱਲਮ ਲਾਈ, ਉਹਨੂੰ ਗਲਵੱਕੜੀ ਲਾਇਆ, ਆਪਣੇ ਅੰਸੂ ਜਿਹੜੇ ਆ ਉਹਨੂੰ ਆਪਣੇ ਆਪਣੇ ਆਪਣੀ ਜਿਹੜੀ ਉਹ ਬਾਸਕਿਟ ਪਾਉਂਦੇ ਸੀ ਝੱਗੀ ਜਿਹਨੂੰ ਕਹਿੰਦੇ ਜੈਕਟ, ਉਹਦੇ ਵਿੱਚ ਉਹਨਾਂ ਨੇ ਸਮਾਇਆ ਸਾਰੇ ਪੰਜਾਬ ਦਾ ਦੁੱਖ ਅਤੇ ਉਸ ਦੁੱਖ ਨੂੰ ਲੈ ਕੇ ਉਹ ਤੁਰੇ ਵੀ ਇਹ ਇਹ ਮੈਂ ਦੁੱਖ ਪੰਜਾਬ ਦਾ ਦੂਰ ਕਰਨਾ। ਉਹ ਚੀਫ ਮਿਨਿਸਟਰ ਰੱਬ ਨੇ ਬਣਾਇਆ, ਕਿਸੇ ਨੇ ਤਾਂ ਬਣਾਇਆ ਨਹੀਂ। ਕਦੇ ਜਦੋਂ ਇੱਕ ਪਾਸੇ ਤੁਹਾਡੇ ਦਾਦਾ ਜੀ ਦਾ ਕਤਲ ਹੋ ਜਾਂਦਾ, ਦੂਜੇ ਪਾਸੇ ਕਿਉਂਕਿ ਹੁਣ CAM ਹਰਚਰਨ ਸਿੰਘ ਬਰਾੜ ਬਣ ਗਏ, ਕੋਠੀ ਵੀ ਖਾਲੀ ਕਰਨੀ ਪਈ, ਉਹ ਬੜੀਆਂ ਉਸ ਵੇਲੇ ਕਿਸ ਤਰੀਕੇ ਦਾ ਮੰਜ਼ਰ ਸੀ ਕਿ ਜਿੰਨੇ ਪੂਰਾ ਪਰਿਵਾਰ ਨੂੰ ਸੰਭਾਲਣਾ ਸੀ, ਪੰਜਾਬ ਨੂੰ ਸੰਭਾਲ ਰਿਹਾ ਸੀ, ਉਸ ਦਾ ਕਤਲ ਹੋ ਜਾਂਦਾ ਔਰ ਕੋਠੀ ਖਾਲੀ ਕਰਕੇ CAM ਹਾਊਸ ਤੋਂ ਬਾਹਰ ਆਉਣਾ। ਨਹੀਂ, ਆ ਅੱਜ ਮੈਂ ਤੁਹਾਨੂੰ ਇਹ ਗੱਲ ਜ਼ਰੂਰ, ਤੁਸੀਂ ਦੇਖੋ ਕਈ ਵਾਰ ਕਈ ਪੱਖ ਤਾਂ ਬਹੁਤ ਇਹ ਗੱਲਾਂ ਨੂੰ ਮਜ਼ਾਕ ਉਡਾਉਂਦੇ ਆ ਅਤੇ ਉਹਨਾਂ ਨੂੰ ਲੱਗਦਾ ਕਈਆਂ ਨੂੰ ਦੁੱਖ ਦੇਖਣ 'ਚ ਬੜੀ ਖੁਸ਼ੀ ਮਿਲਦੀ ਆ, ਇਹੋ ਜਿਹੇ ਵੀ ਲੋਕ ਹੈਗੇ ਆ ਜਿਹੜੇ ਆ ਖਾਲਿਸਤਾਨੀ ਗੱਲਾਂ ਕਰਦੇ ਆ ਜਾਂ ਇਹ ਕਹਿੰਦੇ ਆ ਵੀ ਇਹ ਉਹਨਾਂ ਨੂੰ ਇੱਕ ਐਸਾ ਮਾੜਾ ਨਾਂ ਦਿੰਦੇ ਆ ਸਰਦਾਰ ਬੇਅੰਤ ਸਿੰਘ ਜੀ ਨੂੰ, ਬਈ ਉਹਨਾਂ ਨੂੰ ਕੀ ਲੋੜ ਸੀ। ਮੈਨੂੰ ਇਹ ਨਹੀਂ ਸਮਝ ਆਈ ਜਿਹੜੇ ਉਹਨਾਂ ਨੂੰ ਕਹਿੰਦੇ ਆ ਵੀ ਇਹ ਪੰਜਾਬ ਦੇ ਨੌਜਵਾਨਾਂ ਨੂੰ ਮਾਰਦੇ ਸੀ ਜਾਂ ਮਰਵਾਉਂਦੇ ਸੀ, ਉਹਨਾਂ ਦੀ ਕੀ ਦੁਸ਼ਮਣੀ ਸੀ ਕਿਸੇ ਨਾਲ? ਮਤਲਬ ਕਹਿਣ ਦਾ ਆਪਣੇ ਸਾਰੇ ਪਰਿਵਾਰ ਨੂੰ ਉਹਨਾਂ ਨੇ ਖਤਰੇ 'ਚ ਪਾ ਕੇ ਅਤੇ ਆਪਣੇ ਟੁਕੜੇ ਟੁਕੜੇ ਕਰਵਾ ਕੇ ਉਹਨਾਂ ਨੂੰ, ਤੁਸੀਂ ਕੀ ਸਮਝਦੇ ਹੋ ਵੀ ਉਹ ਉਹ ਇਨਸਾਨ ਨਹੀਂ ਸੀ ਜਾਂ ਉਹ ਕੀ ਚਾਹੁੰਦੇ ਸੀ? ਉਹ ਤਾਂ ਪੰਜਾਬ ਦੇ ਖਾਤਰ ਆਪਣਾ ਸਭ ਕੁਛ, ਅੱਜ ਕੋਈ ਲੀਡਰ ਕਿਉਂ ਨਾ 'ਚ ਪੈਦਾ ਹੋ ਗਿਆ? ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਅੱਜ ਇੰਨਾ ਕੁਛ ਹੋ ਗਿਆ, ਅੱਜ ਕੋਈ ਲੀਡਰ ਹੈ ਐਸਾ ਜਿਹੜਾ ਜਿਹੜਾ ਆਪਣੇ 'ਤੇ ਲੈ ਕੇ ਇਸ ਪੰਜਾਬ ਨੂੰ ਸ਼ਾਂਤ ਕਰ ਸਕੇ? ਚਲੋ ਮੈਂ ਜਿਹੜੀ ਤੁਸੀਂ ਅੱਜ ਬਰਾੜ ਸਾਹਿਬ ਵਾਲੀ ਗੱਲ ਕੀਤੀ ਆ, ਹਰਚਰਨ ਬਰਾੜ ਸਾਹਿਬ ਉਹਨਾਂ ਤੋਂ ਸੀਨੀਅਰ ਸੀ ਸਿਆਸਤ ਦੇ ਵਿੱਚ ਅਤੇ ਉਹਨਾਂ ਤੋਂ ਬਹੁਤ ਵੱਡਾ ਪਰਿਵਾਰ ਸੀ ਜਿਹੜਾ ਕਿ ਰਜਵਾੜਾ ਸ਼ਾਹੀ ਪਰਿਵਾਰ ਸੀ ਉਹਨਾਂ ਦਾ। ਮੈਂ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਚਾਹੁੰਦਾ, ਮੈਂ ਸੱਚੀ ਗੱਲ ਦੱਸਦਾ ਅੱਜ ਉਹ ਨਹੀਂ ਗਏ, ਪਰ ਅਸੀਂ ਉਹਨਾਂ ਨਾਲ ਪੋਲੀਟੀਕਲ ਰਾਈਵਲਰੀ, ਕੋਈ ਦੁਸ਼ਮਣੀ ਪੋਲੀਟੀਕਲ ਬੰਦੇ ਦੀ ਕੋਈ ਜਾਤੀ ਥੋੜ੍ਹੀ ਹੁੰਦੀ ਆ। ਸਰਦਾਰ ਬੇਅੰਤ ਸਿੰਘ ਨੇ ਪਿੰਡ ਪਿੰਡ ਫਿਰ ਕੇ ਆਪਣੀ ਪਾਰਟੀ ਨੂੰ ਤਕੜਾ ਕੀਤਾ। ਜਦੋਂ ਇਲੈਕਸ਼ਨ ਹੋਈ ਤਾਂ MLA ਨੇ ਸਰਦਾਰ ਬੇਅੰਤ ਸਿੰਘ ਦਾ ਨਾਂ ਲਿਆ, ਤਾਂ ਉੱਤਲੇ ਵਾਲੇ ਜਿਹੜੇ ਨੇ ਉੱਤੇ ਜਿਹੜੀ ਸੀ ਨਰਸਿਮਾ ਰਾਓ ਸਾਹਿਬ ਜਾਂ ਉਹਨਾਂ ਦੀ, ਉਹ ਬਣਾਉਣਾ ਚਾਹੁੰਦੇ ਸੀ ਹਰਚਰਨ ਸਿੰਘ ਬਰਾੜ ਨੂੰ CM, ਕਿਉਂਕਿ ਉਹ ਪਹਿਲਾਂ ਗਵਰਨਰ ਰਹੇ ਹਰਿਆਣੇ ਦੇ, ਬੜਾ ਵੱਡਾ ਉਹਨਾਂ ਦਾ ਕੱਦ ਸੀ। ਪਰ ਜਦੋਂ MLA, ਮੈਂ ਅਸਲੀ ਗੱਲ ਦੱਸ ਰਿਹਾ ਤੁਹਾਨੂੰ, MLA ਜਿਹੜੇ ਸੀਗੇ ਉਦੋਂ ਪਹਿਲਾਂ ਸਰਦਾਰ ਬੇਅੰਤ ਸਿੰਘ ਦਾ ਕੋਈ CM ਨਹੀਂ ਸੀਗੇ ਵੀ ਉਹਨਾਂ ਨੇ ਕਿਸੇ 'ਤੇ ਆਸਾਨ ਕੀਤੇ ਹੋਣ ਵੀ ਕੰਮ ਕੀਤੇ ਹੋਣ, ਉਹ ਨਾ ਉਦੋਂ ਪਹਿਲਾਂ ਉਹ ਕੋਈ ਮਹਾਰਾਜੇ ਪਰਿਵਾਰ 'ਚੋਂ ਸੀਗੇ।
ਪਰ MLA ਕਹਿੰਦੇ ਵੀ ਇਹ ਬੰਦਾ ਸਾਰੇ ਜਿਹੜੇ ਦੁੱਖ ਸੁੱਖਾਂ 'ਚ ਤਾਂ ਇਹ ਪਿਛਲੇ 10 ਸਾਲ ਫਿਰ ਰਹੇ ਆ, ਹਰ ਪੰਜਾਬ ਦੇ ਜਿੱਥੇ ਵੀ ਕੋਈ ਤਕਲੀਫ ਆ ਇਹ ਫਿਰ ਰਹੇ ਆ, ਅਤੇ ਅਸੀਂ ਬਿਲਕੁਲ ਨਹੀਂ ਮੰਨਾਂਗੇ ਜੇ ਤੁਸੀਂ ਇਹ ਗੱਲ ਥੋਪੋਗੇ। 92 MLA ਦੇ ਵਿੱਚੋਂ ਇੱਕ ਦੋ, ਇੱਕ ਡਾਲੇਕੇ ਸਾਹਿਬ ਸੀ ਉਸ ਵੇਲੇ, ਉਹ ਉੱਧਰੋਂ ਤਰਨ ਤਰਨ ਤੋਂ MLA, ਇੱਕ ਇਹ ਸੀਗੇ ਜਿਹੜੇ ਅਬਰਾਰ ਸਾਹਿਬ, ਦੋ MLA ਉਹਨਾਂ ਦੇ ਉਲਟ ਸੀਗੇ, ਅਤੇ ਬਾਕੀ ਸਾਰੇ ਦੇ ਸਾਰੇ 90 MLA ਨੇ ਇਹ ਕਿਹਾ ਵੀ ਸਰਦਾਰ ਬੇਅੰਤ ਸਿੰਘ ਜੀ ਲੀਡਰ ਹੋਣਗੇ ਸਾਡੇ CLP ਦੇ, ਉਦੋਂ ਬਾਅਦ CM ਬਣਨਾ ਹੁੰਦਾ। ਉਹ ਬੰਦੇ ਨੇ ਇਹ ਗੱਲ ਭੁੱਲੀ ਨਹੀਂ, ਜਦੋਂ ਉਹਨਾਂ ਦਾ ਅਸੈਸੀਨੇਸ਼ਨ ਸ਼ਹਾਦਤ ਹੋ ਗਈ ਅਤੇ ਕੁਦਰਤੀ ਗੱਲ ਆ, ਦੋ ਨੰਬਰ 'ਤੇ ਸੀ, ਇਹਨਾਂ ਨੇ CM ਬਣਨਾ ਸੀ ਦੋ ਨੰਬਰ 'ਤੇ, ਹਾਈ ਕਮਾਂਡ ਜਾਂ ਉਸ ਵੇਲੇ ਉਹਨਾਂ ਨੂੰ ਇਹ ਨਹੀਂ ਸੀ ਵੀ ਇਹ ਇਸ ਲੈਵਲ ਤੱਕ ਹੋ ਜਾਏਗਾ ਕੰਮ। ਅਤੇ ਉਹਨਾਂ ਨੇ ਕਿਹਾ, ਖਾਸ ਤੌਰ 'ਤੇ ਨਰਸਿਮਹਾ ਰਾਓ ਆਏ, ਪ੍ਰਾਈਮ ਮਿਨਿਸਟਰ ਆਏ, ਉਹਨਾਂ ਦੇ ਨਾਲ SB ਚੌਹਾਨ ਜਿਹੜੇ ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਜਿਵੇਂ ਅੱਜ ਅਮਿਤ ਸ਼ਾਹ ਜੀ ਨੇ ਉਵੇਂ ਉਹ ਸੀਗੇ, ਬੜੇ ਪਾਵਰਫੁੱਲ ਮਹਾਰਾਸ਼ਟਰਾ ਦੇ ਲੀਡਰ, ਉਹਨਾਂ ਦੇ ਉਦੋਂ ਬਾਅਦ ਬੇਟੇ CM ਵੀ ਰਹੇ ਅਸ਼ੋਕ ਚੌਹਾਨ ਜੀ। ਉਹ ਆ ਕੇ ਕਹਿ ਗਏ ਵੀ ਹਜੇ ਅਸੀਂ ਕੋਈ ਪ੍ਰਬੰਧ ਕਰ ਲਈਏ, ਜਿਸ ਹਿਸਾਬ ਦੇ ਹਾਲਾਤ ਨੇ ਇਹਨਾਂ ਨੂੰ ਕਿਸੇ ਨੇ ਨਹੀਂ ਛੱਡਣਾ, ਅਤੇ ਇੰਨੀ ਸਿਕਿਉਰਿਟੀ ਦਾ ਇੰਤਜ਼ਾਮ ਕਿਤੇ ਨਹੀਂ ਹੋ ਸਕਦਾ ਜੋ CM ਹਾਊਸ 'ਚ। ਕਹਿੰਦੇ CM ਸਾਹਿਬ ਇਹ ਕਹਿਣ ਲੱਗੇ, ਜਿਹੜੇ ਇੰਟਰਮ CM ਬਣੇ ਸੀ, ਵੀ ਬਿਲਕੁਲ ਨਹੀਂ, ਮੈਨੂੰ ਤਾਂ ਕੋਈ ਲੋੜ ਹੀ ਨਹੀਂ, ਮੈਂ ਤਾਂ ਨਾਲ ਦੀ ਕੋਠੀ ਉਹ ਇਹਨਾਂ ਦੀ ਸੀ, ਵੀ ਉਹ ਵੀ ODO ਆ, ਮੈਂ ਉੱਥੇ ਬੰਦੋਬਸਤ ਕਰ ਲੂੰਗਾ ਜਿੰਨਾ ਚਿਰ ਕੋਈ ਨਹੀਂ ਇੰਤਜ਼ਾਮ ਹੁੰਦਾ। ਪਰ ਹਫ਼ਤੇ ਬਾਅਦ ਅਸੀਂ ਬਾਹਰ ਖੜ੍ਹੇ, ਸਾਡੇ DPRO ਪੁਰੀ ਸਾਹਿਬ ਹੁੰਦੇ ਸੀ PCS ਔਫਿਸਰ, ਤੁਸੀਂ ਹੈਰਾਨ ਹੋਵੋਗੇ, ਉਹ ਥੱਲੇ ਖੜ੍ਹੇ ਅਤੇ ਕਹਿੰਦੇ ਬੀਬੀ ਜੀ ਜਿਹੜੇ ਮਿਸਿਜ਼ CM ਬੀਬੀ ਗੁਰਵਿੰਦਰ ਕੌਰ ਜੀ ਸੀ, ਮੈਂ ਜੇ ਨਾਮ ਹੈ, ਅਤੇ ਕਹਿੰਦੇ ਉਹਨਾਂ ਨੇ ਕਿਹਾ ਵੀ ਇੱਕ ਤਾਂ ਕੋਠੀ ਖਾਲੀ ਕਰੋ ਜਲਦੀ, ਇੱਕ ਜਿਹੜਾ ਟੈਲੀਵਿਜ਼ਨ ਸਰਦਾਰ ਬੇਅੰਤ ਸਿੰਘ ਦੇ ਛੋਟਾ TV, ਉਦੋਂ ਤਾਂ ਚੈਨਲ ਕੋਈ ਇੰਨੇ ਆਉਂਦੇ ਨਹੀਂ ਸੀ, ਦੂਰਦਰਸ਼ਨ ਇੱਕ ਹੋਰ ਕੋਈ ਆਇਆ ਸੀ, ਕਹਿੰਦੇ ਵੀ ਉਹ ਟੈਲੀਵਿਜ਼ਨ ਸੀ ਕਿ ਪੁਰੀ ਸਾਹਿਬ ਵੀ ਮਹਿਕਮਾ ਹੈ ਇਹ ਜਿਹੜਾ ਇਨਫੋਰਮੇਸ਼ਨ ਬ੍ਰੌਡਕਾਸਟਿੰਗ, ਐਡਾ ਮਹਿਕਮਾ ਕਿਤੇ 10 TV ਹੋਰ 50 ਲੈ ਲਓ ਉਹਨਾਂ ਨੂੰ ਮੁੱਖ ਮੰਤਰੀ, ਨਹੀਂ ਜੀ ਕਹਿੰਦੇ ਉਹਨਾਂ ਨੇ ਉਹੀ ਮੰਗਾਇਆ ਜਿਹੜਾ ਉਹ ਕਮਰੇ 'ਚ ਪਿਆ ਹੈ। ਇੱਥੇ ਤੱਕ ਕੰਮ ਸ਼ੁਰੂ ਹੋ ਗਿਆ, ਅਸੀਂ ਕਹਿੰਦੇ ਜ਼ਰੂਰ ਲੈ ਜਾਓ, ਤਾਂ ਤੁਸੀਂ ਅੱਜ ਉਹਨਾਂ ਦੇ PR ਹੋ DPR ਹੋ। ਅਤੇ ਹਫ਼ਤੇ ਬਾਅਦ ਹੀ ਜ਼ਬਰਦਸਤੀ ਜਿਹੜਾ ਸਮਾਨ ਆ ਉਹ ਚੱਕਣ ਲਈ ਟਰੱਕ ਭੇਜ 'ਤੇ ਵੀ ਚੱਕ ਕੇ ਬਾਹਰ ਕੱਢ ਕੇ ਇਹਨਾਂ ਨੂੰ ਸਮਾਨ ਪਿੰਡ ਛੱਡ ਕੇ ਆਓ। ਉਸ ਵੇਲੇ ਦੇ ਰਾਜਪਾਲ, ਉਸ ਵੇਲੇ ਦੇ ਉਹਨਾਂ ਨੇ ਇੱਕਦਮ ਜਿਹੜੇ ਗਵਰਨਰ ਸੀ ਉਹਨਾਂ ਨੇ ਹੋਮ ਮਿਨਿਸਟਰ ਨੂੰ ਕਾਲ ਕੀਤਾ, ਹੋਮ ਮਿਨਿਸਟਰ ਨੇ ਪ੍ਰਾਈਮ ਮਿਨਿਸਟਰ ਨੂੰ ਦੱਸਿਆ, ਪ੍ਰਾਈਮ ਮਿਨਿਸਟਰ ਨੇ ਇੱਕਦਮ ਉਹਨਾਂ ਨੂੰ ਜਹਾਜ਼ ਦੇ ਕੇ ਹੋਮ ਮਿਨਿਸਟਰ ਕੋਲ ਹੁੰਦੇ ਹੀ ਆ ਇੱਕਦਮ ਚੰਡੀਗੜ੍ਹ CM ਕੋਲ ਭੇਜਿਆ ਵੀ ਇਹ ਤੁਸੀਂ ਕੀ ਕਰਨ ਲੱਗੇ ਹੋ। ਪਰ ਉਸ ਵੇਲੇ ਉਹ ਚੀਫ ਮਿਨਿਸਟਰ ਬਣ ਗਏ ਸੀ, ਉਹ ਭੁੱਲ ਗਏ ਸਾਰੀਆਂ ਗੱਲਾਂ ਵੀ ਹਾਲਾਤ ਕੀ ਨੇ ਕੀ ਨਹੀਂ ਗੇ। ਅਤੇ ਭਾਈ ਹੋਮ ਮਿਨਿਸਟਰ ਨੇ ਫਿਰ ਗੁੱਸੇ 'ਚ ਆ ਕੇ ਵੀ ਹਰਚੰਦ ਬਰਾੜ ਸਾਹਿਬ ਅੱਜ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਇਹ ਦਿਨ ਗਿਣਨੇ ਸ਼ੁਰੂ ਕਰ ਦਿਓ। ਫਿਰ ਉਹਨਾਂ ਨੇ ਕੀ ਕੀਤਾ ਵੀ ਇਹ ਪੰਜਾਬ ਤੋਂ ਬਾਹਰ ਕੱਢ ਕੇ UT, ਕਿਉਂਕਿ ਹੋਮ ਮਿਨਿਸਟਰ ਦੇ ਅੰਡਰ ਹੁੰਦਾ, ਇੱਕ ਘਰ ਜਲਦੀ ਤੋਂ ਜਲਦੀ ਉਹਨਾਂ ਨੇ ਜਿਹੜਾ ਕਿ ਪੂਰਾ ਕਰਕੇ ਉਹਦਾ ਬੰਦੋਬਸਤ ਵੀ, ਸਿਕਿਉਰਿਟੀ 'ਚ ਕੋਈ ਬੰਬ ਲਾਂਚਰ ਜਿਸ ਹਿਸਾਬ ਨਾਲ RDX ਮਾਰਿਆ, ਇਹ ਵੀ ਏਡਰ ਉਹਨਾਂ ਦਾ ਤੈਲੰਗਾਨਾ ਸੀ ਜਾਂ ਆਂਧਰਾ ਸੀ, ਪੰਜਾਬ ਦੇ ਸੀ, ਉਹਨਾਂ ਦੀ ਡਿਊਟੀ ਜਦੋਂ ਅਸੀਂ ਗੱਡੀਆਂ ਖੜ੍ਹੀਆਂ ਦਾਦੀ ਜੀ ਨਾਲ ਵੀ ਅਸੀਂ ਕੁਛ ਦਿਨ ਦਿੱਲੀ ਰਹੇ ਹੋਣੇ ਹਾਂ ਜਿੰਨਾ ਚਿਰ ਸੈੱਟ ਨਹੀਂ ਹੁੰਦਾ, ਉਹ ਰਾਜਵੰਤ ਸਿੰਘ IPS ਔਫਿਸਰ ਨੂੰ ਗੇਟ 'ਤੇ ਲਾਇਆ ਹੋਇਆ ਪੰਜਾਬ ਭਵਨ ਦੇ ਵੀ, ਨਾ ਇੱਥੇ ਨਹੀਂ ਵੜਨਾ, ਇੱਕ ਜਗ੍ਹਾ ਮੈਂ ਹੁਣ ਨਾਂ ਨਹੀਂ ਲੈਣਾ, ਉਸ ਵੇਲੇ PWD ਮਿਨਿਸਟਰ ਸੀ, ਉਸ ਵੇਲੇ ਹੋਰ ਮਹਿਕਮੇ ਸੀ ਬੜੇ, ਉਹ ਅਸੀਂ ਅੱਗੇ ਗਏ ਉਹਨਾਂ 'ਤੇ ਉੱਥੇ ਡਿਊਟੀਆਂ ਲਾਤੀਆਂ ਵੀ ਨਹੀਂ। ਮੈਂ ਅੱਜ ਬਿੱਟਾ ਜੀ ਨੂੰ ਯਾਦ ਜ਼ਰੂਰ ਕਰੂੰ, ਅੱਗੇ ਮਹਿਕਮਾ ਇਹਨਾਂ ਕੋਲ ਸੀਗਾ, ਇੱਕ ਛੋਟਾ ਰੈਸਟ ਹਾਊਸ ਸੀਗਾ, ਸਰਕਟ ਰੈਸਟ ਹਾਊਸ,
ਇਹਨਾਂ ਕੋਲ ਮਹਿਕਮਾ ਸੀਗਾ ਜਿਹੜਾ ਬਿੱਟਾ ਜੀ ਦਾ, ਉਹਨਾਂ ਦਾ ਸੀ। ਬਿੱਟਾ ਜੀ ਨੂੰ ਇਹ ਗੱਲ ਪਤਾ ਲੱਗੀ, ਐਂ ਟੈਲੀਫੋਨ ਤਾਂ ਹੁੰਦੇ ਨਹੀਂ ਸੀ, ਉਹਨਾਂ ਨੇ ਵਾਇਰਲੈਸ 'ਤੇ ਜਦੋਂ ਅਸੀਂ ਉਹਨਾਂ ਦੇ ਸਰਕਟ ਉਹਨਾਂ ਦੇ ਸੈਕਟਰ ਵੱਲ ਨੂੰ ਗਏ, ਜਦੋਂ ਪੀ ਡਬਲਿਊ ਡੀ ਦਾ ਬੰਦ ਕਰਤਾ, ਪੰਜਾਬ ਭਵਨ ਬੰਦ ਕਰਤਾ, ਅਤੇ ਉਹਨਾਂ ਦਾ ਅੱਗੇ ਉਹਨਾਂ ਦੀ ਵਾਰੀ ਸੀ। ਉਹਨਾਂ ਦੇ ਉੱਥੇ ਪੀ ਏ ਨੇ ਟੈਲੀਫੋਨ ਨਾ, ਜਿਹੜਾ ਉੱਥੇ ਦਾ ਜੇਈ ਸੀ, ਉਹਨੇ ਟੈਲੀਫੋਨ ਦਿੱਲੀ ਇਹਨਾਂ ਦੇ ਘਰੇ ਕੀਤਾ ਵੀ ਦੇਖਣਾ ਵੀ ਮੈਂ ਕਿਹੜਾ ਹਰਚਰਨ ਬਰਾੜ ਅਤੇ ਇਹਨਾਂ ਦੇ ਮੰਤਰੀ ਕਿਵੇਂ ਇਹਨਾਂ ਨੂੰ ਬਾਹਰ ਕੱਢਦੇ ਆ। ਪਬਲਿਕ ਹੈਲਥ ਦਾ, ਪਬਲਿਕ ਹੈਲਥ ਮਹਿਕਮਾ ਉਹਨਾਂ ਕੋਲ ਸੀ ਉਸ ਵੇਲੇ। ਅਤੇ ਉਸ ਰਾਤ ਸਾਡੀ ਉਦੋਂ ਦਿੱਲੀ ਬਿੱਟਾ ਜੀ ਨੇ ਆਪਣੇ ਰੈਸਟ ਹਾਊਸ ਕਟਵਾਈ, ਉਦੋਂ ਬਾਅਦ ਫਿਰ ਇਹ ਕੋਠੀ ਤਿਆਰ ਹੋਮ ਮਿਨਿਸਟਰੀ ਨੇ ਕਰਵਾਈ, ਅਤੇ ਬਰਾੜ ਸਾਹਿਬ ਉਦੋਂ ਬਾਅਦ ਖਤਮ ਕਰਤੇ। ਬਰਾੜ ਸਾਹਿਬ ਦਾ ਮੈਂ ਨਹੀਂ ਕਹਿੰਦਾ ਵੀ ਕੋਈ, ਪਰ ਜਦੋਂ ਹਾਈ ਕਮਾਂਡ ਫਿਰ ਇਸ ਗੱਲ 'ਤੇ ਨਾਰਾਜ਼ ਹੋਈ, ਸਾਲ ਤੋਂ ਪਹਿਲਾਂ ਲਾਹ ਕੇ ਬੀਬੀ ਭੱਠਲ ਜੀ ਨੂੰ ਬਣਾਤਾ, ਅੱਜ ਹਰਚਰਨ ਬਰਾੜ ਜੀ ਉਦੋਂ ਬਾਅਦ। ਇਹ ਇਸ ਕਰਕੇ ਅਸੀਂ ਤਾਂ ਇਹ ਟਾਈਮ ਦੇਖੇ ਹੋਏ ਆ, ਅਸੀਂ ਕਈ ਵਾਰ ਲੋਕ ਕਹਿ ਦਿੰਦੇ ਆ ਇਹ ਗੱਲਾਂ, ਇਹ ਇਹ ਇਹਦੇ ਨਾਲ ਕਈ ਖੁਸ਼ ਵੀ ਬੜੇ ਹੋਣਗੇ। ਦੁੱਖ ਹੁੰਦਾ ਜਦੋਂ ਤੁਸੀਂ ਕਹਿ ਰਹੇ ਇੱਕ ਪਾਸੇ ਬੇਅੰਤ ਸਿੰਘ ਹੋਰਾਂ ਨੇ ਪੰਜਾਬ 'ਚ ਅਮਨ ਸ਼ਾਂਤੀ ਲਿਆਉਣ ਲਈ ਟੁਕੜੇ ਟੁਕੜੇ ਆਪਣੇ ਸਰੀਰ ਦੇ ਕਰਤੇ, ਪੂਰਾ ਪਰਿਵਾਰ ਸੜਕ 'ਤੇ ਆ ਗਿਆ, ਸੁਰੱਖਿਆ ਹਮੇਸ਼ਾ ਡਰ ਦਾ ਮਾਹੌਲ, ਔਰ ਦੂਜੇ ਪਾਸੇ ਕੁਛ ਲੋਕ ਕਹਿੰਦੇ ਆ ਕਿ ਇਹ ਬੁੱਚੜ, ਇਹ 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 ਇਸ ਤਰੀਕੇ ਦੇ ਸ਼ਬਦ ਵਰਤੇ ਜਾਂਦੇ ਆ, ਬਹੁਤ ਕੁਛ ਤੁਸੀਂ ਸੁਣਿਆ ਹੋਣਾ। ਕਿਵੇਂ ਦੇਖਦੇ ਹੋ ਜਦੋਂ ਇਹ ਚੀਜ਼ਾਂ ਹੁੰਦੀਆਂ, ਔਰ ਹੁਣ ਪ੍ਰਧਾਨ ਮੰਤਰੀ ਤੱਕ ਗੱਲ ਪਹੁੰਚ ਰਹੀ ਹੈ ਕਿ ਰਾਜਵਾਨਾ ਇਹਨਾਂ ਸਾਰਿਆਂ ਨੂੰ ਰਿਹਾਅ ਕਰਵਾਇਆ ਜਾਵੇ, ਨਹੀਂ ਰਿਹਾਅ ਕਰਵਾਇਆ ਗਿਆ ਤਾਂ ਫਿਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਸਭ ਕੁਛ ਕਰ ਰਹੇ ਹਾਂ। ਸੁਣੋ ਗੱਲ, ਆਹ ਇੰਟਰਵਿਊ ਜਦੋਂ ਤੁਸੀਂ ਚਲਾਓਗੇ, ਐਸੇ ਏਜੰਸੀ ਜਾਂ ਐਸੇ ਗਰੁੱਪ ਬੈਠੇ ਆ ਬਾਹਰ, ਚਾਹੇ ਰੈਫਰੈਂਡਮ ਵਾਲੇ ਲਾ ਲਓ, ਚਾਹੇ ਕੋਈ ਲਾ ਲਓ, ਉਹ ਘੱਟੋ ਘੱਟ 15-15 ਹਜ਼ਾਰ 20-20 ਹਜ਼ਾਰ ਮੈਸੇਜ ਥੱਲੇ ਇੱਕਦਮ ਉਹ ਕਰਵਾਉਂਦੇ ਆ, ਏਜੰਸੀਆਂ ਲੱਗੀਆਂ ਰਹਿੰਦੀਆਂ। ਉਹ ਗੱਲ ਹੀ ਕੋਈ ਪਰਵਾਹ ਇਹੋ ਜਿਹੇ, ਮਤਲਬ ਸਾਨੂੰ ਤਾਂ ਸਾਨੂੰ ਅਸਲੀ ਸ਼ਾਂਤੀ ਕਿੱਥੋਂ ਮਿਲਦੀ ਹੈ ਜਦੋਂ ਲੋਕ, ਅੱਜ ਤੀਜੀ ਵਾਰ ਐਮ ਪੀ ਮੈਨੂੰ ਬਣਾਤਾ, ਤੇਜ ਪ੍ਰਕਾਸ਼ ਜੀ ਨੂੰ ਉਦੋਂ ਬਾਅਦ 4 ਵਾਰ ਐਮ ਐਲ ਏ ਬਣਾਇਆ, ਗੁਰਕੀਰਤ ਸਿੰਘ ਨੂੰ 3 ਵਾਰ ਬਣਾਤਾ, ਅਤੇ ਲੋਕ ਤਾਂ ਜਾਨ ਦਿੰਦੇ ਆ ਸਾਡੇ ਖਾਤਰ। ਪਰ ਦੁੱਖ ਹੁੰਦਾ ਜਦੋਂ ਇਸ ਤਰੀਕੇ ਨਾਲ ਆਪਣੇ ਦਾਦਾ ਜੀ ਬਾਰੇ ਬੁੱਚੜ ਸ਼ਬਦ ਸੁਣਨਾ, ਇਹ ਕੁਛ ਇਹ 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 ਉਹ ਲੋਕ ਨੇ ਜਿਨ੍ਹਾਂ ਨੂੰ ਅਸਲੀਅਤ ਪਤਾ ਹੀ ਨਹੀਂ। ਦੁੱਖ, ਜੇ ਮੈਂ ਇਹ ਗੱਲ ਦੇਖੋ, ਅਸੀਂ ਦੋ ਧਾਰੀ ਤਲਵਾਰ ਆ, ਜੇ ਤਾਂ ਅਸੀਂ ਸਖਤ ਨਹੀਂ ਬੋਲਦੇ ਤਾਂ ਦੁਸ਼ਮਣ ਕਮਜ਼ੋਰ ਸਮਝਦਾ, ਜੇ ਅਸੀਂ ਢਿੱਲੀ ਗੱਲ ਕਰਦੇ ਹਾਂ ਤਾਂ ਜਿਹੜੀਆਂ ਵੱਖਵਾਦੀ ਤਾਕਤਾਂ ਹੈ, ਜਿਹੜਾ ਦੇਸ਼ ਨੂੰ ਤੋੜਨ ਚਾਹੁੰਦੀਆਂ, ਉਹ ਤਕੜੀਆਂ ਹੁੰਦੀਆਂ, ਉਹਨਾਂ ਦੇ ਮੂੰਹ 'ਤੇ ਮੁਸਕਰਾਨ ਆਉਂਦੀ ਆ, ਉਹਨਾਂ ਦੇ ਮਨਸੂਬੇ ਸੱਚ ਹੁੰਦੇ ਆ। ਹਾਂ, ਪਰ ਜਦੋਂ ਦੁੱਖ ਉਦੋਂ ਉਹਨਾਂ ਜਦੋਂ ਸਾਡੇ ਲੋਕ ਪੰਜਾਬ ਦੇ ਜਿਨ੍ਹਾਂ ਨੂੰ ਅਸਲੀਅਤ ਪਤਾ ਹੈ, ਉਹ ਸਿਆਸੀ ਗੱਲਾਂ ਕਰਕੇ ਉਸ ਵੇਲੇ ਇਹ ਜਿਹੜੇ ਬਾਇਕਾਟ ਕਰਕੇ ਇਲੈਕਸ਼ਨਾਂ ਦਾ ਭੱਜੇ, 91 ਦੇ 92 ਦੇ ਕਿਉਂ ਭੱਜੇ? ਗੋਲੀ ਤਾਂ ਹੀ ਡਰ ਸੀ ਨਾ, ਜਦੋਂ 25 ਸੀਟਾਂ ਪੰਜਵੜ ਕਹਿੰਦਾ ਸੀ ਮੇਰੀਆਂ ਏ, ਬੁੱਧ ਸਿੰਘ ਵਾਲਾ ਕਹਿੰਦਾ ਸੀ ਮੇਰੀਆਂ ਏ, ਰਾਜਸਥਾਨੀ ਕਹਿੰਦਾ ਸੀ ਮੇਰੀਆਂ ਏ, ਛੰਦੜਾ ਕਹਿੰਦਾ ਸੀ ਮੇਰੀਆਂ ਏ, ਇਸ ਕਰਕੇ ਕੌਲੀ ਕਹਿੰਦਾ ਸੀ ਮੇਰੀਆਂ ਏ। ਇਹੋ ਜਿਹੇ ਬੰਦੇ ਜਿਹੜੇ ਸੀਗੇ ਉਸ ਤੋਂ ਡਰਦੇ ਤਾਂ ਉਦੋਂ ਭੱਜ ਗਏ। ਅਸੀਂ ਤਾਂ ਦੇਖੋ, ਗੱਲ ਇਹ ਆ ਵੀ ਗਵਾ ਵੀ ਲਿਆ ਸਾਰਾ ਕੁਛ, ਚੀਫ ਮਿਨਿਸਟਰੀਆਂ ਗਵਾ ਲਈਆਂ, ਆਪਣਾ ਚੀਫ ਮਿਨਿਸਟਰੀ ਤੋਂ ਤਾਂ ਚਲੋ ਛੱਡੋ, ਆਪਣਾ ਪਰਿਵਾਰ ਗਵਾ ਲਿਆ, ਜਿਹੜਾ ਕਿ ਸਭ ਤੋਂ ਸਾਡਾ ਸਰਦਾਰ ਬੇਅੰਤ ਸਿੰਘ ਜੀ, ਉਹ ਐਡੇ ਐਜੂਕੇਟਿਡ, ਇੰਨੇ ਪੜ੍ਹੇ ਲਿਖੇ, ਇੰਨਾ ਉਹਨਾਂ ਨੂੰ ਮਤਲਬ ਲੋਕਾਂ ਦਾ ਪਿਆਰ ਸਭ ਕੁਛ, ਉਹ ਤਾਂ ਜੇ ਕੁਛ ਦਿਨ ਰਹਿ ਜਾਂਦੇ ਉਹ ਤਾਂ ਰਾਸ਼ਟਰਪਤੀ ਤੱਕ ਜਿਹੜੀ ਹੈ ਸਰਕਾਰ ਉਹਨਾਂ ਨੂੰ ਬਣਾਉਣ ਲੱਗੀ ਸੀ। ਇਹ ਕਹਿ ਰਹੇ ਹਾਂ ਜਿਹੜੇ ਰਿਹਾਈ ਦੀ ਮੰਗ ਕਰ ਰਹੇ ਉਹਨਾਂ ਨੂੰ ਕਿਵੇਂ ਦੇਖਦੇ ਹੋ? ਬਈ ਦੇਖੋ, ਪਹਿਲੀ ਗੱਲ ਮੈਂ
ਇੱਕ ਮੈਂ ਕਲੀਅਰ ਕਰਦਾ ਪਹਿਲਾਂ ਗੱਲ, ਕਿਸਾਨਾਂ ਦੇ ਬਾਰੇ ਜਿਹੜਾ ਉਹਨੇ ਕਹਿੰਦੇ ਕਿਹਾ ਸੀ, ਮੈਂ ਬਿਲਕੁਲ ਨਹੀਂ ਕਿਹਾ ਸੀ, ਮੈਂ ਦੁਬਾਰਾ ਕਹਿਣਾ ਵੀ ਮੈਂ ਬਿਲਕੁਲ ਨਹੀਂ ਕਿਹਾ ਸੀ, ਉਹ ਕੋਈ ਗੱਲ ਹੋਰ ਸੀ, ਇਸ਼ੂ ਕੋਈ ਹੋਰ ਤਰੀਕੇ ਦਾ ਸੀ। ਇਹ ਜੇ ਅਸੀਂ ਆਪਣੇ ਪਰਿਵਾਰ ਦੀ ਗੱਲ ਛੱਡੋ, ਅਸੀਂ ਤਾਂ ਜਿਹਨਾਂ ਦੀ ਜਾਨ ਇਹਨਾਂ ਨੇ ਲੈਣੀ ਸੀ ਲੈ ਲਈਏ ਤਾਂ ਜਿਉਂਦੇ ਆ, ਆ ਸਾਨੂੰ ਕੀ ਫਾਇਦਾ ਹੈ ਵੀ ਇਹਨਾਂ ਨੂੰ ਫਾਂਸੀ ਹੋ ਜੇ ਚਾਹੇ ਨਾ ਹੋ ਜੇ, ਸਾਨੂੰ ਇਹ 'ਚੋਂ ਕੀ ਰਿਜ਼ਲਟ ਲੱਭਣਾ ਹੈ? ਸਾਨੂੰ ਤਾਂ ਕੁਛ ਨਹੀਂ, ਅਸੀਂ ਸਿਰਫ ਜਿਹੜੇ ਦੇਸ਼ ਦੀ ਵਿਰੋਧੀ ਤਾਕਤਾਂ ਹੈ ਦੇਸ਼ ਦਾ ਅਤੇ ਪੰਜਾਬ ਦੀ, ਅਸੀਂ ਉਹਦੇ ਮੂਹਰੇ ਪਿੱਠ ਨਹੀਂ ਲੱਗਣ ਦਿੰਦੇ। ਨਹੀਂ ਸਾਨੂੰ ਕੀ ਆ ਜੀ, ਮੈਂ ਤਾਂ ਅੱਜ ਕਹਿ ਦੇਣਾ ਛੱਡ ਦਿਉ, ਫਿਰ ਕੀ ਹੋਜੂਗਾ, ਫਿਰ ਕੀ ਹੋਜੂਗਾ, ਫਿਰ ਭਲਾ ਕਿਦਾਂ ਹੋਜੂ, ਮੈਨੂੰ ਇਹ ਦੱਸੋ। ਇਹ ਜੇ 12 ਬੰਦੇ ਛੁੱਟ ਜਾਂਦੇ ਆ ਤਾਂ ਕੀ ਮੈਂ ਕਹਿੰਦੇ ਹੋ ਵੀ ਪੰਜਾਬ ਦੇ ਵਿੱਚ ਲੋਕਾਂ ਦਾ ਕਰਜ਼ਾ ਖਤਮ ਹੋਜੂ, ਲੋਕਾਂ ਦੀਆਂ ਪ੍ਰੋਬਲਮਾਂ ਖਤਮ ਹੋ ਜਾਣਗੀਆਂ, ਲੋਕ ਈਸਾਈ ਧਰਮ ਲੈ ਤੋਂ ਬੰਦ ਕਰ ਦੇਣਗੇ, ਲੋਕ ਅੰਮ੍ਰਿਤ ਛਕ ਲੈਣਗੇ, ਮੈਨੂੰ ਕੋਈ ਇੱਕ ਦੱਸੋ ਵੀ ਹਾਂ MSP ਵੱਧ ਜਾਊਗੀ, ਇਹਨਾਂ ਤੋਂ ਕੀ ਧਾਰਾਂ ਲੈਣੀਆਂ ਹੈ? ਇਹਨਾਂ ਤੋਂ ਆਪਾਂ ਬਾਹਰ ਆਉਂਦੇ ਹਾਂ, ਔਰ ਇਹ ਜ਼ਿਕਰ ਹੋ ਰਿਹਾ, ਔਰ ਉਸ ਵੇਲੇ ਕੀ ਕੁਛ ਹੋਇਆ ਇਹ ਸਾਰਾ ਜ਼ਿਕਰ ਹੋ ਰਿਹਾ। ਔਰ ਬਿੱਟੂ ਜੀ, ਉਮੀਦ ਹੈ ਕਿ ਇਸੇ ਗੱਡੀ 'ਚ ਇੱਕਦਮ ਆਪਣੇ ਦਾਦਾ ਜੀ ਦੀ ਤਰ੍ਹਾਂ ਤੁਸੀਂ ਵੀ ਮੁੱਖ ਮੰਤਰੀ ਦੀ ਜੇ ਓਥ ਲੈਂਦੇ ਹੋ ਤਾਂ ਇਸੇ ਗੱਡੀ 'ਚ ਤੁਸੀਂ ਮੁੱਖ ਮੰਤਰੀ ਬਣ ਕੇ ਪਹਿਲੀ ਵਾਰ ਆਓਗੇ? ਦੇਖੋ ਗੱਲ ਸੁਣੋ, ਖਾਬ ਲੈਣਾ ਜਾਂ ਆਪਣੇ ਬਜ਼ੁਰਗਾਂ ਦੀ ਜਗ੍ਹਾ 'ਤੇ ਪਹੁੰਚਣਾ ਹਰੇਕ ਦਾ ਸੁਪਨਾ ਹੁੰਦਾ, ਹਰੇਕ ਦੀ ਸੋਚ ਹੁੰਦੀ, ਪਰ ਉਸ ਚੀਜ਼ ਲਈ ਪਹਿਲਾਂ ਮਿਹਨਤ ਬਹੁਤ ਆ, ਅਜੇ ਬਹੁਤ ਮਿਹਨਤ ਕਰਨੀ ਪਊਗੀ। ਕਹਿਣਾ ਤਾਂ ਬੜਾ ਸੌਖਾ ਹੈ ਵੀ ਮੈਂ, ਮੇਰਾ ਜੀ ਕਰਦਾ, ਮੈਨੂੰ ਪਤਾ ਨਾ ਵੀ ਉਹਨਾਂ ਨੇ ਕਿਵੇਂ ਆਪਣੇ ਪਿੰਡੇ ਨੂੰ ਤਪਾਇਆ ਸੀ, ਕਿਵੇਂ ਪੰਜਾਬ ਨੂੰ ਘੁੱਗ ਵਸਾਇਆ ਸੀ ਦੁਬਾਰਾ ਪੰਜਾਬ ਨੂੰ। ਉਸ ਮਿਹਨਤ, ਉਹਨਾਂ ਦੀ ਮਿਹਨਤ ਦੇਖਦੇ ਹੋਏ ਅਸੀਂ ਵੀ ਲੱਗੇ ਹੋਏ ਹਾਂ। ਅੱਜ ਮੈਂ ਆਪਣੇ ਵਰਕਰ ਲਈ, ਕਾਂਗਰਸ ਦੇ ਲਈ, ਇਕੱਲੇ ਲਈ, ਇਕੱਲੇ ਮੈਂ ਸਮਝਦਾ ਵਾਹਿਦ ਇੱਕ ਲੀਡਰ, ਮੈਂ ਆਪਣੇ ਆਪ ਦੀ ਤਾਰੀਫ਼ ਨਹੀਂ ਕਰਦਾ। ਅੱਜ ਕਾਂਗਰਸੀਆਂ ਨੂੰ ਮੈਂ ਇਹ ਗੱਲ ਸਾਰੇ ਲੀਡਰਾਂ ਨੂੰ ਵੀ ਕਹਿਣਾ ਵੀ ਉੱਠੋ, ਇਹਨਾਂ ਦੀ ਹਿੰਮਤ ਕੀ ਆਮ ਆਦਮੀ ਵਾਲਿਆਂ ਦੀ ਹੈ ਕਿ ਜਿਹੜੇ ਸਾਡੇ ਇਕੱਲੇ ਇਕੱਲੇ ਬੰਦੇ ਨੂੰ ਵਿਜੀਲੈਂਸ 'ਚ ਘੇਰ ਕੇ ਤਾਰੀਫਾਂ ਉਹਨਾਂ ਦੀਆਂ ਕਰਵਾਉਂਦੇ ਆ, ਆਹੀ ਸਾਜਿਸ਼ ਸੀ? ਪਰ ਗੱਲ ਇੱਕ ਮੇਰੀ ਮੈਂ ਇੱਥੇ ਮੁਕਾ ਦਿੰਦਾ ਵੀ ਅੱਜ ਵੀ ਸਰਦਾਰ ਬੇਅੰਤ ਸਿੰਘ ਵਾਂਗੂੰ ਖੜਾਂਗੇ, ਕਿਸੇ ਨਾਲ ਵਰਕਰ ਨਾਲ ਧੱਕਾ ਨਹੀਂ ਹੋਣ ਦਿੰਦਾ। ਮੇਰੇ ਵੱਲੋਂ ਮੈਨੂੰ ਕੋਈ ਚੰਗਾ ਕਹੀ ਜਾਵੇ, ਮੈਨੂੰ ਕੋਈ ਮਾੜਾ ਕਹੀ ਜਾਵੇ, ਮੈਨੂੰ ਇਸ ਨਾਲ ਕੋਈ ਫਰਕ ਨਹੀਂ। ਜਿੰਨਾ ਚਿਰ ਲੋਕ ਮੇਰੇ ਨਾਲ ਨੇ, ਕਾਂਗਰਸ ਪਾਰਟੀ ਮੇਰੇ ਨਾਲ ਆ, ਮੈਂ ਸਾਰੇ ਲੀਡਰਾਂ ਨੂੰ ਇਹ ਜ਼ਰੂਰ ਕਹਿਣਾ ਤੁਹਾਡੇ ਚੈਨਲ ਰਾਹੀਂ, ਇਹ ਮਿਹਨਤਾਂ ਕਰਕੇ ਕਾਂਗਰਸ ਪਾਰਟੀ ਅੱਜ ਇੱਥੇ ਤੱਕ ਆ ਪੰਜਾਬ 'ਚ। ਇਹਦੇ ਲਈ ਸਾਰੇ ਇਕੱਠੇ ਹੋ ਜਾਓ, ਕਿਸੇ ਵਿਜੀਲੈਂਸ ਦੀ ਪਰਵਾਹ ਨਹੀਂ, ਅਸੀਂ ਲੋਕ ਗੋਲੀ ਤੋਂ ਨਹੀਂ ਡਰੇ, ਵਿਜੀਲੈਂਸ ਤੋਂ ਡਰਾਂਗੇ, ਨਾਲੇ ਭਗਵੰਤ ਮਾਨ ਸਰਕਾਰ ਤੋਂ ਡਰਾਂਗੇ। ਠੀਕ ਹੈ, ਤਾਂ ਰਵਨੀਤ ਸਿੰਘ ਬਿੱਟੂ ਅੱਜ ਭਾਵੁਕ ਵੀ ਹੋਏ, ਔਰ ਉਸ ਅੰਬੈਸਡਰ ਕਾਰ ਨੂੰ ਇਸੇ ਤਰੀਕੇ ਦੀ ਅੰਬੈਸਡਰ ਕਾਰ ਸੀ ਜਿਸ ਦੇ ਵਿੱਚ ਸਰਦਾਰ ਬੇਅੰਤ ਸਿੰਘ ਹੋਰਾਂ ਦਾ ਕਤਲ ਹੋ ਜਾਂਦਾ, ਬੰਬ ਬਲਾਸਟ ਦੇ ਵਿੱਚ ਕਿਸ ਤਰੀਕੇ ਨਾਲ ਕਤਲ ਹੋਇਆ, ਪੂਰਾ ਵਾਕਿਆ ਦੱਸਿਆ, ਸ਼ਾਮ 5 ਵਜੇ ਦੀ ਉਹ ਘਟਨਾ ਦੱਸੀ, ਔਰ ਅੱਜ ਅੱਖਾਂ ਵੀ ਉਹਨਾਂ ਦੀਆਂ ਨਮ ਹੁੰਦੀਆਂ ਹੋਈਆਂ ਨਜ਼ਰ ਆਈਆਂ ਨੇ।